ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਪ੍ਰਿੰਸੀਪਲ ਸਰਵਣ ਸਿੰਘ। ਪ੍ਰਿੰਸੀਪਲ ਸਰਵਣ ਸਿੰਘ ਸੰਧੂ ਕੈਨੇਡਾ ਦੀ ਧਰਤੀ ਤੇ ਵਸਦੇ ਆ, ਲੇਕਿਨ ਇਹਨਾਂ ਦਾ ਦਿਲ ਪੰਜਾਬ 'ਚ ਧੜਕਦਾ ਹੈ, ਜਿਉਂਦੇ ਵਸਦੇ ਪੰਜਾਬ ਦੇ ਵਿੱਚ ਨੇ। ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਆ ਜਸਵੰਤ ਸਿੰਘ ਕੰਵਲ ਦੇ ਬਾਰੇ। ਜਸਵੰਤ ਸਿੰਘ ਕੰਵਲ ਬਾਰੇ ਇਹ ਜੇ ਕਹਿਣਾ ਹੋਵੇ ਕਿ ਉਹ ਪੰਜਾਬੀਅਤ ਦਾ ਮੁਹਾਂਦਰਾ ਹੈ ਤੇ ਕੋਈ ਦੋ ਰਾਵਾਂ ਨਹੀਂ। ਜਦੋਂ ਅਸੀਂ ਜ਼ਿਕਰ ਛੇੜਦੇ ਹਾਂ ਕੰਵਲ ਦੀ ਹਸਤੀ ਦਾ ਤੇ ਬਹੁਤ ਸਾਰੇ ਪੱਖ ਦ੍ਰਿਸ਼ਟੀਗੋਚਰ ਹੋ ਜਾਂਦੇ ਆ। ਉਸ ਬੰਦੇ ਇੱਕੋ ਕਾਰੇ ਬੰਦੇ ਨੂੰ ਪੜ੍ਹ ਕੇ ਬੜੇ ਨਵੇਂ ਲੇਖਕ ਬਣੇ। ਬਹੁਤ ਸਾਰੇ ਰਾਜਨੀਤੀ 'ਚ ਆਉਣ ਵਾਲੇ ਊੜਾ ਐੜਾ ਰਾਜਨੀਤੀ ਦਾ ਕੰਵਲ ਦੀਆਂ ਕਿਤਾਬਾਂ ਤੋਂ ਸਿੱਖੇ। ਆਖਰੀ ਸਮਿਆਂ ਦੇ ਵਿੱਚ ਕੰਵਲ ਪੰਜਾਬੀਆਂ ਨੂੰ ਹਾਕ ਮਾਰਦਾ ਰਿਹਾ ਕਿ ਪੰਜਾਬੀਓ ਜੀਣਾ ਕਿ ਮਰਨਾ, ਇਹ ਧਰਤੀ ਤੁਹਾਡੀ ਨਹੀਂ ਰਹਿਣੀ, ਇੱਥੇ ਵਸਣਾ ਤੁਹਾਡੇ ਲਈ ਔਖਾ ਹੋ ਜਾਣਾ, ਜੇ ਨਾ ਜਾਗੇ ਸਿਆਸੀ ਪਾਰਟੀਆਂ ਲੁੱਟ ਘਸੁੱਟ ਕਰਕੇ ਗਾਂਹ ਜਾਣਗੀਆਂ ਔਰ ਤੁਹਾਡੇ ਹੱਥ ਪੱਲੇ ਕੁੱਝ ਨਹੀਂ ਰਹਿਣਾ। ਕੰਵਲ ਚਲੇ ਗਿਆ, ਲੇਕਿਨ ਕੰਵਲ ਜਿਉਂਦਾ ਰਹੂਗਾ ਜਦੋਂ ਤੱਕ ਪੜ੍ਹਨ ਵਾਲੇ ਜਿਉਂਦੇ ਰਹਿਣਗੇ, ਸਾਹਿਤ ਰਸੀਏ ਜਿਉਂਦੇ ਰਹਿਣਗੇ, ਸਿਆਸਤਾਂ ਕਰਨ ਵਾਲੇ ਜਿਉਂਦੇ ਰਹਿਣਗੇ। ਕੰਵਲ ਦੀ ਅਖਬਾਰ 'ਚ ਛਪਦੀ ਲਿਖਤ ਲੇਖ ਰੂਪ ਵਿੱਚ ਉਹਨੂੰ ਉਡੀਕਣ ਵਾਲਿਆਂ ਦੀ ਲੰਬੀ ਕਤਾਰ ਸੀ। ਉਹਨੂੰ ਪੜ੍ਹਨ ਵਾਲੇ ਚਟਕਾਰੇ ਲਾ ਲਾ ਪੜ੍ਹਦੇ ਤੇ ਅੱਗੇ ਸੁਣਾਉਂਦੇ ਸੀਗੇ। ਜਸਵੰਤ ਸਿੰਘ ਕੰਵਲ ਦੇ ਨਾਵਲ ਉਡੀਕੇ ਜਾਂਦੇ ਸੀ ਔਰ ਉਹਦੇ ਵਿੱਚ ਜਿਹੜਾ ਠੇਠ ਮਲਵਈ ਰੰਗ ਤੇ ਟਕਸਾਲੀ ਬੋਲੀ ਉਹਦਾ ਮਿਲਗੋਭਾ ਸੀ। ਉਹਦੇ ਤੇ ਇਹ ਇਲਜ਼ਾਮ ਨਹੀਂ ਆਉਂਦਾ ਕਿ ਉਹਨੇ ਇੱਕ ਧਾਰਾ 'ਚ ਬਹਿ ਕੇ ਕੰਮ ਕੀਤਾ। ਉਹ ਧਾਰਾ ਦੇ ਨਾਲ ਵਹਿਣ ਵਾਲਾ ਬੰਦਾ ਸੀ। ਕਦੇ ਉਹ ਖਾੜਕੂਆਂ ਦੇ ਨਾਲ ਤੁਰਦਾ ਹੈ, ਕਦੇ ਉਹ ਨਕਸਲਾਈਟਾਂ ਦੀ ਬਾਤ ਪਾਉਂਦਾ ਹੈ, ਕਦੇ ਉਹ ਪੰਜਾਬੀਅਤ ਦੇ ਕਿਸਾਨੀ ਦੀ, ਕਦੇ ਸਿਆਸਤਾਂ ਦੇ ਨਾਲ ਤੁਰਦਾ ਹੈ। ਇੰਝ ਲੱਗਦਾ ਹੈ ਕਿ ਉਹਦੀ ਵਿਚਾਰਧਾਰਾ ਸਾਲਾਂ ਦੇ ਨਾਲ ਬਦਲਦੀ ਗਈ। ਜਿਉਂ ਜਿਉਂ ਮੈਚਿਓਰਟੀ ਆਉਂਦੀ ਰਹੀ, ਜਸਵੰਤ ਸਿੰਘ ਕੰਵਲ ਆਪਣੇ ਵਿੱਚ ਤਬਦੀਲੀ ਲਿਆਉਂਦਾ ਰਿਹਾ। ਮੈਂ ਪ੍ਰਿੰਸੀਪਲ ਸਰਵਣ ਸਿੰਘ ਜੀ ਨੂੰ ਨਾਲ ਜੋੜ ਲਵਾਂ। ਇਹਨਾਂ ਦਾ ਬੜਾ ਲੰਬਾ ਸਾਥ ਰਿਹਾ। ਇਹਨਾਂ ਨੂੰ ਦਿੱਲੀਓਂ ਲੈ ਕੇ ਆ ਗਏ ਢੁੱਡੀ ਕੇ, ਮਹਾਂਨਗਰ ਦੇ ਵਿੱਚੋਂ ਇੱਕ ਪਿੰਡ 'ਚ ਲਿਆ ਕੇ ਵਸਾਉਣ ਦੇ ਕਾਰਨ ਬਹੁਤ ਸਾਰੇ ਲੋਕ, ਬਲਰਾਜ ਸਾਹਨੀ, ਪ੍ਰੀਖਸ਼ਤ ਸਾਹਨੀ, ਜਿਹਨਾਂ ਨੂੰ ਵੀ ਮੁਸ਼ਕਲਾਂ ਪੈਂਦੀ ਰਹੀਆਂ, ਜਸਵੰਤ ਸਿੰਘ ਕੰਵਲ ਉਹਨਾਂ ਦੇ ਨਾਲ ਖੜਦੇ ਰਹੇ। ਉਹਨਾਂ ਦੇ ਗੇੜੇ ਦਿੱਲੀ 'ਚ, ਯੂਰਪ ਦੇ ਵਿੱਚ, ਅਮਰੀਕਾ, ਕੈਨੇਡਾ, ਸਭ ਜਗ੍ਹਾ ਵੱਜਦੇ ਸੀ। ਉਹਨੂੰ ਕਦੇ ਪੈਸੇ ਦੀ ਕਮੀ ਨਹੀਂ ਸੀ, ਉਹਨੇ ਮੁਹੱਬਤ ਵੀ ਪੂਰੀ ਦਿਆਨਤਦਾਰੀ ਨਾਲ ਕੀਤੀ। ਹਾਲਾਂਕਿ ਝੂਠ ਵੀ ਬੋਲ ਜਾਂਦੇ ਸੀ, ਕਈ ਕੁਝ ਲੁਕਾ ਵੀ ਜਾਂਦੇ ਸੀ, ਆਪਣੀ ਸਵੈ ਜੀਵਨੀ 'ਚ ਉਹਨਾਂ ਨੇ ਕਈ ਗੱਲਾਂ ਲੁਕਾਈਆਂ। ਇੱਕ ਸ਼ਾਮ, ਦੇਰ ਸ਼ਾਮ ਤੱਕ ਬੈਠਿਆ ਮੈਂ, ਕਈ ਸ਼ਿਕਵੇ ਉਹਨਾਂ ਨਾਲ ਕੀਤੇ ਕਿ ਇੱਥੇ ਗੱਲ ਕੁਛ ਹੋਰ ਸੀ, ਲਿਖ ਤੁਸੀਂ ਹੋਰ ਗਏ। ਇੱਕ ਰਾਤ ਮੇਰੇ ਨਾਲ ਜਲੰਧਰ ਦੇ ਲੀਓ ਫੋਰਟ ਹੋਟਲ ਦੇ ਵਿੱਚ ਰੁਕਦੇ ਆ, ਕਿਉਂਕਿ ਜਲੰਧਰ ਦੂਰਦਰਸ਼ਨ 'ਚ ਪ੍ਰੋਗਰਾਮ ਤੋਂ ਬਾਅਦ ਸ਼ਾਮ ਦੀ ਬੱਸ ਨਹੀਂ ਸੀ ਮਿਲਣੀ। ਸੋ ਮੈਨੂੰ 4-5 ਮੁਲਾਕਾਤਾਂ ਲੰਬੀਆਂ ਦਾ ਮੌਕਾ ਮਿਲਿਆ, ਲੇਕਿਨ ਸਭ ਤੋਂ ਵੱਧ ਇਹਨਾਂ ਨੂੰ ਸਾਲਾਂ ਦੇ ਰੂਪ 'ਚ ਪ੍ਰਿੰਸੀਪਲ ਸਰਵਣ ਸਿੰਘ ਜੀ ਨੂੰ ਸਮਾਂ ਮਿਲਿਆ। ਸੋ ਮੈਂ ਹੁਣ ਅੱਗੇ ਨਹੀਂ ਬੋਲਣਾ, ਅੱਗੇ ਬੋਲਣਗੇ ਪ੍ਰਿੰਸੀਪਲ ਸਰਵਣ ਸਿੰਘ। ਪਹਿਲਾਂ ਮੈਂ ਜੀ ਆਇਆਂ ਆਖਦਾ ਹੈ, ਨਾਲ ਧੰਨਵਾਦ ਕਰਦਾ ਹੈ ਕਿ ਤੁਸੀਂ ਸਾਡੇ ਨਾਲ ਜੁੜ ਜਾਂਦੇ ਹੋ, ਕਿਉਂਕਿ ਤੁਹਾਨੂੰ ਵੀ ਪੜ੍ਹਨ ਵਾਲਿਆਂ ਦੀ ਇਸ ਵੇਲੇ ਫਹਿਰਿਸਤ ਲੰਬੀ ਹੈ। ਇਸ ਵੇਲੇ ਹਰ ਵਰਗ ਦਾ ਬੰਦਾ ਤੁਹਾਨੂੰ ਪੜ੍ਹਦਾ ਹੈ, ਤੁਹਾਡੀਆਂ ਕਹਾਣੀ ਰੂਪ ਦੇ ਵਿੱਚ ਕਈਆਂ ਗੱਲਾਂ ਬਾਤਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ। ਤੁਸੀਂ ਬਹੁਤ ਆਪਣੇ ਹੋ, ਖਿਡਾਰੀਆਂ ਦੇ, ਸਾਹਿਤਕਾਰਾਂ ਦੇ, ਸ਼ਖਸੀਅਤਾਂ ਦੇ, ਪਤਾ ਨੀ ਕੌਣ ਕੌਣ ਤੁਹਾਨੂੰ ਆਪਣਾ ਬਣਾਈ ਫਿਰਦਾ ਹੈ, ਪਰ ਮੈਨੂੰ ਨਾਲ ਲੈਂਦਿਆਂ ਇੰਜ ਲੱਗਦਾ ਜਿਵੇਂ ਤੁਸੀਂ ਮੇਰੇ ਹੋ, ਮੇਰੇ ਨਾਲ ਕੰਵਲ ਖੜੇ ਇਸ ਵੇਲੇ, ਮੈਨੂੰ ਇੰਜ ਲੱਗੀ ਜਾਂਦਾ ਜੀ। ਰੰਧਾਵਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨੇ ਚੰਗੇ ਸ਼ਬਦ ਕਹਿਣ ਵਾਸਤੇ। ਜਿੰਨੇ ਵੀ ਆਪਾਂ ਨੂੰ ਸੁਣ ਰਹੇ ਆ, ਦੇਖ ਰਹੇ ਆ, ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭੇਚਾਵਾਂ। ਤੁਸੀਂ ਸਰਦਾਰ ਜਸਵੰਤ ਸਿੰਘ ਕੰਵਲ ਦੀ ਭੂਮਿਕਾ ਬੰਨਦਿਆਂ ਕਿਹਾ, ਉਹ ਉਹਨਾਂ ਨੇ 100 ਦੇ ਕਰੀਬ ਕਿਤਾਬਾਂ ਲਿਖੀਆਂ। ਉਹਨਾਂ ਦਾ ਜਨਮ 27 ਜੂਨ 1919 ਨੂੰ ਜਲਿਆਂਵਾਲੇ ਬਾਗ ਤੋਂ, ਹੱਸਾਕੇ ਤੋਂ ਥੋੜਾ ਚਿਰ ਬਾਅਦ ਹੀ ਉਹਨਾਂ ਦਾ ਜਨਮ ਹੋਇਆ, ਔਰ ਉਸ ਤੋਂ ਬਾਅਦ ਉਹਨਾਂ ਨੇ ਬੜੀ ਲੰਮੀ ਉਮਰ ਭੋਗੀ। ਢੁੱਡੀਗੇ ਦੇ ਵਿੱਚ ਵੀ ਵਿਚਰੇ, ਜਿਵੇਂ ਕਿ ਕਿਸਾਨ ਬੱਚੇ ਕਿਸਾਨੀ ਦਾ ਕੰਮ ਕਰਦੇ ਨੇ, ਡੰਗਰ ਚਾਰਦੇ ਨੇ, ਪੜ੍ਹਾਈ ਦੇ ਨਾਲ ਉਹਨਾਂ ਨੇ ਡੰਗਰ ਵੀ ਚਾਰੇ ਨੇ, ਔਰ ਉਸ ਤੋਂ ਬਾਅਦ 10ਵੀਂ ਚੋਂ ਫੇਲ ਹੋ ਕੇ ਜੀ ਉਹ ਮਲਾਇਆ ਚਲੇ ਗਏ, ਜਾਗੇ ਦੀ ਨੌਕਰੀ ਕੀਤੀ, ਫਿਰ ਵਾਪਸ ਆ ਗਏ, ਫਿਰ ਆ ਕੇ ਖੇਤੀ ਕੀਤੀ ਪਿੰਡ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਕਲਰਕੀ ਕੀਤੀ, ਫਿਰ ਲਿਖਣ ਪੜ੍ਹਨ ਵਾਲੇ ਪਾਸੇ ਪੈ ਗਏ। ਪਹਿਲਾਂ ਉਹਨਾਂ ਦਾ ਝੁਕਾਅ ਜਿਹੜਾ ਸੀ ਉਹ ਕਮਿਊਨਿਸਟ ਪਾਰਟੀ ਵੱਲ ਸੀ, ਬਾਅਦ ਦੇ ਵਿੱਚ ਉਹ ਨੈਕਸਲਾਈਟਾਂ ਵੱਲ ਹੋ ਗਿਆ, ਬਾਅਦ ਦੇ ਵਿੱਚ ਸਮੇਂ ਦੇ ਨਾਲ ਖਾੜਕੂਆਂ ਵੱਲ ਵੀ। ਸੋ ਮੈਂ ਅਕਸਰ ਇਹ ਗੱਲ ਕਹਿੰਦਾ ਰੰਧਾਵਾ ਜੀ, ਇਹ ਜੇਕਰ ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸਾਹਿਤ ਦਾ ਬੋਹੜ ਕਿਹਾ ਜਾਵੇ, ਜੇ ਆਪਾਂ ਸਾਰੇ ਕਹਿੰਦੇ ਹਾਂ ਕਿ ਹਾਂ ਵਾਕਈ ਉਹ ਪੰਜਾਬੀ ਸਾਹਿਤ ਦੇ ਬੋਹੜ ਸਨ, ਤੇ ਮੈਂ ਕਹਿੰਦਾ ਵੀ ਇਵੇਂ ਜਿਵੇਂ ਹੀ ਜੇਕਰ ਆਪਾਂ ਜਸਵੰਤ ਸਿੰਘ ਕੰਵਲ ਨੂੰ ਪੰਜਾਬੀ ਸਾਹਿਤ ਦਾ ਸਰੂ ਦਾ ਬੂਟਾ ਕਹੀਏ,
ਤਾਂ ਕੋਈ ਅਦਕਤ ਨਹੀਂ। ਜਿਵੇਂ ਸਰੂ ਦਾ ਬੂਟਾ ਹਵਾਵਾਂ ਦੇ ਨਾਲ ਝੂਮਦਾ ਹੈ, ਜੇ ਖੱਬੇ ਦੀ ਪਾਸੇ ਦੀ ਹਵਾ ਆਉਂਦੀ ਹੈ ਤਾਂ ਉਸ ਪਾਸੇ ਨੂੰ ਵੀ ਹੁਲਾਰੇ ਮਾਰਦਾ, ਸੱਜੇ ਦੀ ਆਉਂਦੀ ਹੈ ਉਸ ਪਾਸੇ ਨੂੰ ਵੀ ਹੁਲਾਰੇ ਮਾਰਦਾ। ਜੇਕਰ ਵਾਬ ਰੋਲੇ ਵਾਂਗ ਗੁਲਾਈ ਦੇ ਵਿੱਚ ਹਵਾ ਆਉਂਦੀ ਹੈ ਤਾਂ ਗੁਲਾਈ ਦੇ ਵਿੱਚ ਵੀ ਘੁੰਮਦਾ। ਤੋ ਇਸੇ ਤਰੀਕੇ ਦੇ ਨਾਲ ਜਸਵੰਤ ਸਿੰਘ ਕੰਵਲ ਆਪਣੇ ਨਾਵਲਾਂ, ਆਪਣੀਆਂ ਕਹਾਣੀਆਂ, ਆਪਣੇ ਲੇਖਾਂ ਦੇ ਵਿੱਚ ਵਿਚਾਰਧਾਰਕ ਤੌਰ ਤੇ ਉਹ ਸਰੂ ਦੇ ਬੂਟੇ ਵਾਂਗ ਹੁਲਾਰੇ ਲੈਂਦਾ ਰਿਹਾ ਜੀ। ਔਰ ਜਿਵੇਂ ਸਰੂ ਦੇ ਬੂਟੇ ਨੂੰ ਕਿਹਾ ਜਾਂਦਾ ਹੈ ਕਿ ਉਹਦਾ ਤਣਾ ਮਜ਼ਬੂਤ ਹੁੰਦਾ ਹੈ, ਹਵਾਵਾਂ ਜਿੰਨੀਆਂ ਮਰਜ਼ੀ ਤੇਜ਼ ਆਉਣ, ਹਨੇਰੀਆਂ ਜਿੰਨੀਆਂ ਮਰਜ਼ੀ ਉਸ ਬੂਟੇ ਨੂੰ ਢਾਉਣਾ ਚਾਹੁੰਦੀਆਂ ਹੋਣ, ਪਰ ਉਹ ਬੂਟਾ ਆਪਣੇ ਤਣੇ ਦੇ ਜ਼ੋਰ, ਆਪਣੀਆਂ ਜੜ੍ਹਾਂ ਦੇ ਜ਼ੋਰ ਉਹਨਾਂ ਹਵਾਵਾਂ ਦਾ ਸਾਹਮਣਾ ਕਰਦਿਆਂ ਝੂਮਦਾ ਰਹਿੰਦਾ ਔਰ ਉਹ ਟਹਿੰਦਾ ਨਹੀਂ। ਜਸਵੰਤ ਸਿੰਘ ਕੰਵਲ ਦਾ ਜੀਵਨ ਵੀ ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਬੜੀਆਂ ਵਾਵਾਂ ਵਗੀਆਂ ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੇ ਆਲੇ ਦੁਆਲੇ, ਔਰ ਉਹਦੇ ਵਿੱਚ ਦੀ ਉਹ ਲੰਘਦੇ ਹੋਏ ਇੱਕ ਵੱਡਾ ਨਾਮ ਪੈਦਾ ਕਰਕੇ ਗਏ ਨੇ ਪੰਜਾਬੀ ਸਾਹਿਤ ਦੇ ਵਿੱਚ, ਇੱਕ ਨਾਵਲਕਾਰ ਦੇ ਤੌਰ ਤੇ, ਸਾਹਿਤਕਾਰ ਦੇ ਤੌਰ ਤੇ, ਲੇਖਕ ਦੇ ਤੌਰ ਤੇ। ਜਸਵੰਤ ਸਿੰਘ ਕੰਵਲ ਨੇ ਨਾ ਸਿਰਫ ਲੰਮੀ ਉਮਰ ਜਿਉਣ ਦਾ ਰਿਕਾਰਡ ਰੱਖਿਆ, ਕਿਉਂਕਿ ਮੈਂ ਤਾਂ ਬਹੁਤ ਦੇਰ ਤੋਂ ਉਹਨਾਂ ਦੇ ਅੰਗ ਸੰਗ ਸਾਂ। 1958 ਚ ਪਹਿਲੀ ਵਾਰ ਜਸਵੰਤ ਸਿੰਘ ਕੰਵਲ ਨੂੰ ਮੈਂ ਵੇਖਿਆ ਸੀ ਔਰ ਉਹਨਾਂ ਦਾ ਨਾਵਲ ਪੂਰਨਮਾਸ਼ੀ ਪੜ੍ਹਿਆ ਸੀ। ਉਸ ਤੋਂ ਬਾਅਦ ਉਹਨਾਂ ਦੇ ਸੰਪਰਕ ਦੇ ਵਿੱਚ ਰਿਹਾ ਔਰ ਉਸ ਤੋਂ ਬਾਅਦ ਤਾਂ ਜਦੋਂ ਮੈਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਲੈਕਚਰ ਲੱਗ ਗਿਆ ਤੇ ਇਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਟੁੱਡੀ ਕੇ ਦੇ ਵਿੱਚ ਲਾਲਾ ਲਾਜਪਤ ਰਾਏ ਕਾਲਜ ਬਣਵਾਇਆ ਔਰ ਕਹਿਣ ਲੱਗੇ ਵੀ ਤੂੰ ਦਿੱਲੀ ਛੱਡ ਕੇ ਇੱਥੇ ਟੁੱਡੀ ਕੇ ਆ ਜਾ ਜੀ। ਤੇ ਮੈਂ ਪਹਿਲਾਂ ਦੱਸਿਆ ਕੰਵਲ ਸਾਹਿਬ ਕਿੱਥੇ ਦਿੱਲੀ ਕਿੱਥੇ ਟੁੱਡੀ ਕੇ, ਇਹ ਨੌਕਰੀ ਦਾ ਬੜਾ ਫਰਕ ਹੈ, ਮਸਾਂ ਇਹ ਨੌਕਰੀ ਮੈਂ ਹਾਸਲ ਕਰ ਸਕਿਆ। ਪਰ ਉਹ ਕਹਿੰਦੇ ਵੀ ਨਹੀਂ, ਜੇਕਰ ਪਿੰਡਾਂ ਦੇ ਮੁੰਡਿਆਂ ਨੇ ਸ਼ਹਿਰਾਂ ਦੇ ਵਿੱਚ ਹੀ ਨੌਕਰੀ ਕਰਨੀ ਹੈ ਤੇ ਪਿੰਡਾਂ ਦੇ ਵਿੱਚ ਸੇਵਾ ਨਹੀਂ ਕਰਨੀ ਤਾਂ ਸਾਨੂੰ ਪੇਂਡੂ ਮੁੰਡਿਆਂ ਨੂੰ ਪੜ੍ਹਾਉਣ ਦਾ ਕੀ ਫਾਇਦਾ ਹੋਇਆ। ਮੈਂ ਉਹਨਾਂ ਦੀ ਇਹ ਗੱਲ ਆਪਣੇ ਮਨ 'ਤੇ ਲਾਈ, ਉੱਥੋਂ ਰਿਜ਼ਾਈਨ ਕਰਕੇ ਜਿੱਥੇ ਆ ਗਿਆ ਇੱਥੇ ਫਿਰ ਮੈਂ 29 ਸਾਲ ਟੁੱਡੀ ਕੇ ਕਾਲਜ ਦੇ ਵਿੱਚ ਪੜ੍ਹਾਇਆ ਤੇ ਕੰਵਲ ਸਾਹਿਬ ਦੇ ਅੰਗ ਸੰਗ ਰਿਹਾ। ਉਹ ਇਕੱਠੇ ਅਸੀਂ ਕਬੱਡੀ ਦੇ ਮੈਚ ਵੀ ਖਡਾਉਂਦੇ ਰਹੇ, ਕਮੈਂਟਰੀ ਵੀ ਕਰਦੇ ਰਹੇ, ਇਕੱਠੇ ਸੈਰਾਂ ਵੀ ਕਰਦੇ ਰਹੇ, ਦੇਸ ਪ੍ਰਦੇਸ ਵੀ ਗਏ ਔਰ ਬਹੁਤ ਸਾਰੀਆਂ ਗੱਲਾਂ ਸਾਡੀਆਂ ਜਿਹੜੀਆਂ ਹੈਗੀਆਂ ਇੱਕ ਦੂਜੇ ਦੇ ਨਾਲ ਸਾਂਝੀਆਂ ਹੁੰਦੀਆਂ ਰਹੀਆਂ। ਮੈਂ ਜਦੋਂ ਇਹ ਗੱਲ ਕਹਿੰਦਾ ਜੀ ਤੇ ਜਸਵੰਤ ਸਿੰਘ ਕੰਵਲ ਦੀ ਵਿਲੱਖਣਤਾ ਕਿਹੜੀ ਗੱਲ 'ਚ ਆ, ਤਾਂ ਮੈਂ ਕਹਿੰਦਾ ਕਿ ਕੰਵਲ ਦੀ ਵਿਲੱਖਣਤਾ ਇਸ ਗੱਲ 'ਚ ਹੈ ਕਿ ਉਸ ਨੇ ਪੰਜਾਬੀ ਦੇ ਵਿੱਚ ਸਭ ਤੋਂ ਜ਼ਿਆਦਾ ਪਾਠਕ ਪੈਦਾ ਕੀਤੇ ਜੀ ਔਰ ਨੌਜਵਾਨ ਮੁੰਡੇ ਕੁੜੀਆਂ ਕੰਵਲ ਦੇ ਡਾਇਲਾਗ ਉਹ ਆਪਣੀਆਂ ਡਾਇਰੀਆਂ ਤੇ ਲਿਖਦੇ ਰਹੇ, ਨੋਟਬੁੱਕਾਂ ਤੇ ਨੋਟ ਕਰਦੇ ਰਹੇ ਜੀ ਔਰ 1940 ਤੋਂ ਉਹਨਾਂ ਨੇ ਲਿਖਣਾ ਸ਼ੁਰੂ ਕਰਕੇ 2017 ਤੱਕ ਉਹ ਕਿਤਾਬਾਂ ਲਿਖਦੇ ਗਏ ਤੇ ਬਾਅਦ ਦੇ ਵਿੱਚ ਉਹਨਾਂ ਦੇ ਲੜਕੇ ਤੇ ਉਹਨਾਂ ਦੇ ਜਿਹੜੇ ਪੋਤੇ ਨੇ ਉਹਨਾਂ ਦੇ ਨਾਲ ਰਲ ਕੇ ਅਸੀਂ ਸਾਰੀਆਂ ਕਿਤਾਬਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਦੀ ਗਿਣਤੀ 100 ਤੋਂ ਉੱਪਰ ਟੱਪ ਗਈ ਆ। ਵਾਹ ਬਈ ਵਾਹ। ਮੈਂ ਫਿਰ ਗੂਗਲ ਤੋਂ ਪੁੱਛਿਆ ਕਿ ਬਈ ਸਭ ਤੋਂ ਲੰਮੀ ਉਮਰ ਜਿਉਣ ਵਾਲੇ ਕਿਹੜੇ ਕਿਹੜੇ ਲੇਖਕ ਹੋਏ ਨੇ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਵਿੱਚ। ਉਹਦੇ ਚ ਮੈਂ ਬਰਟਨ ਰਸਲ ਦੇਖਿਆ, ਉਹ 100 ਸਾਲ ਦੇ ਨੇੜੇ ਟੁੱਕ ਗਿਆ ਸੀ। ਬਰਨਾਰਡ ਸ਼ਾਹ ਵੀ 100 ਸਾਲ ਦੇ ਨੇੜੇ ਟੁੱਕ ਗਿਆ ਸੀ। ਇੱਧਰ ਸਾਡੇ ਖੁਸ਼ਵੰਤ ਸਿੰਘ ਹੋਰੀ, ਮੁਲਖ ਰਾਜ ਆਨੰਦ ਹੋਰੀ, ਭਾਈ ਜੋਤ ਸਿੰਘ ਹੋਰੀ, ਇਹ ਵੀ 100 ਸਾਲ ਦੇ ਨੇੜੇ ਟੁੱਕੇ ਸੀ। ਪਰ 100 ਸਾਲ ਕੋਈ ਵੀ ਪੂਰੇ ਨਹੀਂ ਕਰ ਸਕਿਆ, ਸਿਰਫ ਕੰਵਲ ਸਾਹਿਬ ਦੱਸਿਆ। ਤੇ ਮੈਂ ਕਹਿ ਸਕਦਾ ਕਿ ਜਿਹੜਾ ਜਿਵੇਂ ਮੈਂ ਖਿਡਾਰੀਆਂ ਬਾਰੇ ਅਕਸਰ ਲਿਖਦਿਆਂ ਕਹਿੰਦਾ ਕਿ ਇਹ ਨਵਾਂ ਰਿਕਾਰਡ ਆ, ਇਹ ਫਲਾਣੇ ਨੇ ਫਲਾਣੇ ਦਾ ਰਿਕਾਰਡ ਬੀਟ ਕਰ ਦਿੱਤਾ, ਤਾਂ ਜਸਵੰਤ ਸਿੰਘ ਕੰਵਲ ਨੇ ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਵਿੱਚ ਨਾਮੀ ਸਾਹਿਤਕਾਰਾਂ ਦੇ ਵਿੱਚ ਵਿਸ਼ਵ ਰਿਕਾਰਡ ਸਥਾਪਿਤ ਕੀਤਾ ਸਭ ਤੋਂ ਲੰਮੀ ਉਮਰ ਜਿਉਣ ਦਾ ਜੀ, ਔਰ ਲਗਾਤਾਰ 80 ਸਾਲ ਦਾ। ਤੋ ਇਹਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਭਰ ਦੀਆਂ ਭਾਸ਼ਾਵਾਂ 'ਚ ਜੇ ਕੋਈ ਨਾਮੀ ਲੇਖਕ, ਬਹੁਤੀਆਂ ਕਿਤਾਬਾਂ ਲਿਖਣ ਵਾਲਾ ਲੇਖਕ ਹੈਗਾ ਤਾਂ ਉਹ ਸਾਡਾ ਪੰਜਾਬੀ ਦਾ ਲੇਖਕ ਹੈ ਜਸਵੰਤ ਸਿੰਘ ਕੰਵਲ। ਅੱਛਾ, ਮੈਂ ਪ੍ਰਿੰਸੀਪਲ ਸਾਹਿਬ ਮੈਂ ਇਹਦੇ 'ਚ ਐਡ ਕਰੂੰਗਾ ਕੁਝ ਚੀਜ਼ਾਂ, ਅਸੀਂ ਜ਼ਰੂਰ ਸਾਂਝ ਪਾਉਂਦੇ ਜਾਈਏ, ਜਿਹੜੀਆਂ ਸਾਡੇ ਨਿੱਜੀ ਅਨੁਭਵ ਹੁੰਦੇ ਆ ਉਹਨਾਂ ਦੀ ਗੱਲ ਕੁਛ ਹੋਰ ਹੁੰਦੀ। ਮੈਨੂੰ ਯਾਦ ਹੈ ਮੈਂ ਛੋਟਾ ਸੀਗਾ ਔਰ ਮੈਂ ਲਹੂ ਦੀ ਲੋਅ ਨਾਵਲ ਜਿਹੜਾ ਉਹ ਲੈਂਦਾ ਤੇ ਮੇਰੇ ਪਿਤਾ ਜੀ ਬਿਜਲੀ ਬੋਰਡ ਦੇ ਵਿੱਚ
ਨੌਕਰੀ ਕਰਦੇ ਸੀਗੇ, ਮੈਂ ਰਾਤ ਨੂੰ ਪੜ੍ਹਦਾ ਸੀ ਤੇ ਉਹ ਮੇਰੇ ਕਮਰੇ ਚ ਆਏ। ਕਮਰੇ ਤਾਂ ਦੋ ਹੀ ਹੁੰਦੇ ਸੀ ਪਿੰਡਾਂ ਦੇ ਵਿੱਚ, ਕਿੰਨਾ ਕੁ ਸੀਗਾ ਜੀ। ਤੇ ਉਹ ਕਮਰੇ ਚ ਆਏ ਤੇ ਉਹਨਾਂ ਦੇਖਿਆ ਵੀ ਇਹ ਕੋਈ ਕਿਤਾਬ ਪੜ੍ਹਦਾ ਹੈ ਤੇ ਮੈਨੂੰ ਵੇਖ ਕੇ ਲਗਾ ਲਈ। ਮੈਂ ਸਰਾਣੇ ਥੱਲੇ ਦਿੱਤੀ, ਉਹਨਾਂ ਸਰਾਣੇ ਥੱਲਿਓਂ ਕੱਢੀ, ਨਾਲੇ ਮੇਰੇ ਵੱਜੀਆਂ ਤੇ ਨਾਲੇ ਉਹ ਕਿਤਾਬ ਚੁੱਲ੍ਹੇ ਚ ਗਈ। ਮੈਨੂੰ ਪਤਾ ਹੈ ਕਿ ਮੇਰੇ ਬਾਪ ਦਾ ਫਿਕਰ ਇਹ ਸੀ ਵੀ ਮੁੰਡਾ ਕਿਤੇ ਗਲਤ ਲੀਆਂ ਤੇ ਨਾ ਚੜ੍ਹ ਜੇ। ਮਾਂ ਪਿਓ ਦੇ ਫਿਕਰ ਆਪਣੀ ਜਗ੍ਹਾ ਹੈ। ਮੇਰੇ ਵਰਗੇ ਐਸੇ ਕਿੰਨੇ ਹੋਣਗੇ ਜਿਨ੍ਹਾਂ ਨੇ ਜਸਵੰਤ ਸਿੰਘ ਕੰਵਲ ਨੂੰ ਪੜ੍ਹ ਕੇ ਕੋਈ ਵਿਚਾਰਧਾਰਾ ਬਣਾਈ ਜਾਂ ਕੋਈ ਸ਼ਬਦ ਗ੍ਰਹਿਣ ਕੀਤੇ। ਮੈਨੂੰ ਯਾਦ ਹੈ ਜਦੋਂ ਮੈਂ ਪੂਰਨਮਾਸ਼ੀ ਪੜ੍ਹਦਾ ਹੈ, ਜਦੋਂ ਮੈਂ ਸੱਚ ਨੂੰ ਫਾਂਸੀ ਪੜ੍ਹਦਾ ਹੈ, ਜਦੋਂ ਮੈਂ ਪਾਲੀ ਪੜ੍ਹਦਾ ਹੈ, ਮੈਨੂੰ ਮੁਖਤਲਿਫ ਤਰ੍ਹਾਂ ਦੇ ਜਸਵੰਤ ਸਿੰਘ ਕੰਵਲ ਦੇ ਦਰਸ਼ਨ ਹੁੰਦੇ ਆ। ਪਾਤਰਾਂ ਦੇ ਰੂਪ ਚ ਮੈਂ ਜਸਵੰਤ ਸਿੰਘ ਕੰਵਲ ਨੂੰ ਜਿਉਂਦਾ ਹੈ, ਮੈਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਮੈਂ ਅਸ਼ੋਪਲੇ ਢੋਡੀਕੇ ਦੀ ਉਸ ਬਾਹਰਲੀ ਕੋਠੀ ਤੇ ਲਾਗੇ ਗੇੜਾ ਮਾਰ ਕੇ ਆਉਂਦਾ। ਸਾਡੀ ਜ਼ਰੂਰਤ ਨਹੀਂ ਸੀ ਕਿ ਅਸੀਂ ਅੰਦਰ ਜਾਈਏ, ਬਹੁਤ ਛੋਟੇ ਸੀਗੇ। ਸੋ ਆਨੇ ਬਾਨੇ ਜਾ ਕੇ ਦੇਖਿਆ ਕਿ ਇਹ ਇੰਨੇ ਇਸ਼ਕ ਲਿਖਣ ਵਾਲਾ ਬੰਦਾ ਕਿਹੋ ਜਿਹਾ ਹੋ ਸਕਦਾ। ਸੋ ਮੈਨੂੰ ਲੱਗਦਾ ਕਿ ਉਹ ਪੰਜਾਬੀਅਤ ਦਾ ਆਸ਼ਿਕ ਸੀ, ਪੰਜਾਬ ਦਾ ਸ਼ੁਦਾਈ ਸੀ। ਜਸਵੰਤ ਸਿੰਘ ਕੰਵਲ ਦੁਬਾਰਾ ਪੈਦਾ ਹੋਣੇ ਬੜੇ ਔਖੇ ਆ। ਭਾਵੇਂ ਅਸੀਂ 100 ਇਲਜ਼ਾਮ ਲਾਈਏ, ਲੇਕਿਨ ਉਹਦੇ ਵਰਗਾ ਸਰਬ ਪ੍ਰਵਾਨਿਤ ਰਾਈਟਰ ਲੱਭਣਾ ਬਹੁਤ ਔਖਾ ਹੈ, ਜਿਹਦੀ ਸ਼ੈਲੀ ਦੇ ਵਿੱਚ ਇੰਨਾ ਆਪਣਾਪਣ ਸੀਗਾ ਕਿ ਉਹ ਰੋੜ ਕੇ ਲੈ ਜਾਂਦੀ ਸੀ, ਵਹਾ ਕੇ ਲੈ ਜਾਂਦੀ ਸੀ। ਵਿਚਾਰਧਾਰਾ ਕੀ ਸੀ ਇਹਨੂੰ ਪਾਸੇ ਰੱਖ ਲਈਏ, ਬਤੌਰ ਲੇਖਕ ਉਹ ਜ਼ਬਰਦਸਤ ਇਨਸਾਨ ਸੀ। ਸੋ ਮੈਂ ਚਾਹੁੰਗਾ ਕਿ ਉਹਦੇ ਜੀਵਨ ਨਾਲ ਸੰਬੰਧਿਤ ਕੁਛ ਕਹਾਣੀਆਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ। ਮੇਰਾ ਖਿਆਲ ਹੈ ਕਿ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਜਸਵੰਤ ਸਿੰਘ ਕੰਵਲ ਜਿਵੇਂ ਉਹ ਦੇਖਣ ਨੂੰ ਲੱਗਦੇ ਸੀ ਗਿਆਨੀ ਜੇ, ਕਿ ਉਹਨਾਂ ਦੀ ਖੁੱਲੀ ਦਾੜੀ ਔਰ ਉਹਨਾਂ ਦੀ ਸਜਾਈ ਹੋਈ ਪਗੜੀ, ਕਿ ਉਹਨਾਂ ਦੇ ਵਿੱਚ ਮੁੰਡਿਆਂ ਖੁੰਡਿਆਂ ਵਾਲੀ ਕੋਈ ਗੱਲ ਸੀਗੀ ਕਿ ਨਹੀਂ? ਬਿਲਕੁਲ, ਇੱਕ ਵਾਰ ਦੀ ਗੱਲ ਹੈ। ਅਸੀਂ ਉਹਨਾਂ ਦੀ ਬਾਹਰਲੇ ਘਰ ਵਾਲੀ ਜਿਹੜੀ ਕੋਠੀ ਹੈ ਜਿਹੜੀ ਕਿ ਡਾਕਟਰ ਜਸਵੰਤ ਗਿੱਲ ਦੇ ਲਈ ਬਣਵਾਈ ਗਈ ਸੀ, ਪਹਿਲਾਂ ਤਾਂ ਜਦੋਂ ਅਸੀਂ ਕਾਲਜ ਤੋਂ ਮੈਂ ਘਰ ਨੂੰ ਆਉਣਾ ਤਾਂ ਉਧਰ ਦੀ ਲੰਘਣਾ, ਮੈਂ ਇੱਕ ਦਿਨ ਪੁੱਛ ਬੈਠਾ ਕੰਵਲ ਸਾਹਿਬ, ਇਹ ਆਪਾਂ ਬਾਹਰਲੇ ਖੇਤ ਫਿਰਨੀ ਦੇ ਨਾਲ ਲੱਗਦੇ ਹਾਂ, ਇਹ ਤੁਸੀਂ ਆ ਜਿਹੜੀਆਂ ਇੱਟਾਂ ਢੋਹਾਈਆਂ ਨੇ ਤੇ ਆ ਹੁਣ ਤੁਸੀਂ ਨੀਹਾਂ ਪਟਵਾ ਰਹੇ ਹੋ, ਇੱਥੇ ਕੀ ਬਣਾਉਣਾ? ਉਹ ਕਹਿਣ ਲੱਗੇ ਵੀ ਤੁਹਾਡੇ ਵਰਗੇ ਪ੍ਰੋਫੈਸਰਾਂ ਵਾਸਤੇ ਬਣਾ ਦਿੰਦੇ ਆ, ਜਦੋਂ ਤੁਹਾਡਾ ਜੀ ਕਰਿਆ ਕਰੂਗਾ ਇੱਥੇ ਰਹਿ ਪਿਆ ਕਰੋ। ਉਹ ਅਸਲ ਵਿੱਚ ਗੱਲ ਇਹ ਸੀ ਕਿ ਉਹਨਾਂ ਨੇ ਜਦੋਂ ਰਾਤ ਬਾਕੀ ਹੈ ਨਾਵਲ ਲਿਖਿਆ, ਪਹਿਲਾਂ ਤਾਂ ਉਹਨਾਂ ਦੀ ਗੁੱਡੀ ਚੜੀ, ਪਹਿਲੀ ਕਿਤਾਬ ਜੀਵਨ ਕਣੀਆਂ ਜਿਹਦੇ ਵਿੱਚ ਬੀਜ ਪਏ ਨੇ, ਜੋ ਕੁਛ ਉਹਨਾਂ ਨੇ ਬਾਅਦ ਦੇ ਵਿੱਚ ਲਿਖਿਆ ਉਹ ਜੀਵਨ ਕਣੀਆਂ ਖੁੰਘ ਰਹੀਆਂ ਤੇ ਇੰਨੀਆਂ ਕਿਤਾਬਾਂ ਬਣੀਆਂ। ਫਿਰ ਉਹਨਾਂ ਨੇ ਸੱਚ ਨੂੰ ਫਾਂਸੀ ਲਿਖਿਆ, ਪਾਲੀ ਲਿਖਿਆ, ਬੜੇ ਚਰਚਿਤ ਹੋ ਗਏ। ਪਰ ਫਿਰ ਤਾਂ ਜਦੋਂ ਪੂਰਨਮਾਸ਼ੀ ਨਾਵਲ ਲਿਖਿਆ ਤੇ ਫਿਰ ਤਾਂ ਧੁਮਾਂ ਪੈ ਗਈਆਂ ਚਾਰ ਸਵੇਰੇ। ਖੁਸ਼ਵੰਤ ਸਿੰਘ ਵਰਗਿਆਂ ਨੇ ਵੀ ਇਲਸਟਰਡ ਵੀਕਲੀ ਦੇ ਵਿੱਚ ਉਚੇਚਾ ਜ਼ਿਕਰ ਕੀਤਾ ਕਿ ਜੋ ਪਿੰਡ ਦੇ ਵਿੱਚ ਹਲਟ ਵਗਦਾ ਹੈਗਾ, ਜੋ ਉਹ ਨਜ਼ਾਰਾ ਚਿੱਤਰਿਆ ਹੈਗਾ, ਬਿਆਨ ਕੀਤਾ, ਉਹ ਕਮਾਲ ਹੈ ਪੰਜਾਬੀ ਦਾ, ਪੰਜਾਬ ਦਾ ਪੇਂਡੂ ਜੀਵਨ। ਤੋ ਉਦੋਂ ਬਾਅਦ ਤਾਂ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਚੜ੍ਹ ਤੇ ਨਹੀਂ ਹੋ ਗਈ, ਸੰਤ ਸਿੰਘ ਸਿੱਖੋ ਨੇ ਬੜਾ ਸਲਾਹਿਆ ਇਹ ਪੂਰਨਮਾਸ਼ੀ। ਮੈਂ ਵੀ ਪੂਰਨਮਾਸ਼ੀ ਜਦੋਂ ਪਹਿਲੀ ਵਾਰੀ ਪੜ੍ਹਿਆ ਸੀਗਾ ਨਾ, ਕਾਲਜ ਦੇ ਵਿੱਚ ਪੜ੍ਹਦਾ ਸੀ ਤੇ ਮੈਂ ਲਾਇਬ੍ਰੇਰੀ ਚੋਂ ਕਿਤਾਬ ਲੈ ਕੇ ਪਿੱਛੇ ਬੈਂਚ ਤੇ ਬੈਠ ਕੇ ਪੜ੍ਹਨ ਲੱਗਿਆ। ਮੈਨੂੰ ਨੀ ਪਤਾ ਕਿੰਨੇ ਪੀਰੀਅਡ ਬਦਲਦੇ ਗਏ, ਕਿਹੜੇ ਟੀਚਰ ਆਉਂਦੇ ਗਏ, ਹਾਜ਼ਰੀਆਂ ਲਾਉਂਦੇ ਗਏ, ਤੁਰਦੇ ਗਏ, ਤੇ ਮੈਂ ਉਹ ਨਾਵਲ ਲਗਾਤਾਰ ਪੜ੍ਹਦਾ ਗਿਆ। ਔਰ ਉਸ ਤੋਂ ਬਾਅਦ ਜਿੱਥੇ ਮੈਂ ਰਹਿੰਦਾ ਸੀ ਆਪਣੀ ਭੂਆ ਦੇ ਪਿੰਡ 3 ਮੀਲ ਦੂਰ, ਰਾਹ ਦੇ ਵਿੱਚ ਮੈਂ ਤੁਰਿਆ ਜਾਂਦਾ ਵੀ ਉਹ ਨਾਵਲ ਪੜ੍ਹਦਾ ਗਿਆ, ਔਰ ਉੱਥੇ ਘਰ ਜਾ ਕੇ ਵੀ ਫਿਰ ਮੈਂ ਉਦੋਂ ਸੁੱਤਾ ਜਦ ਉਹ ਨਾਵਲ ਮੈਂ ਪੂਰਾ ਪੜ੍ਹ ਕੇ ਮੁਕਾ ਲਿਆ। ਇੰਨੀ ਧੂਹ, ਇੰਨੀ ਖਿੱਚ ਉਸ ਪੂਰਨਮਾਸ਼ੀ ਦੇ ਵਿੱਚ ਸੀ, ਉਦੋਂ ਤੋਂ ਮੈਂ ਕੰਵਲ ਦਾ ਬਣ ਗਿਆ ਤੇ ਫਿਰ ਤਾਂ ਕੰਵਲ ਨੂੰ ਮਿਲਦੇ ਗਿਲਦਿਆਂ ਰਿਹਾ। ਉਹ ਗੱਲ ਮੈਂ ਦੱਸ ਰਿਹਾ ਸੀਗਾ ਕਿ ਫਿਰ ਉਸ ਤੋਂ ਬਾਅਦ ਜਿਹੜਾ ਕਿ ਬਹੁਤ ਹੀ ਪ੍ਰਸਿੱਧ ਨਾਵਲ ਹੋਇਆ ਉਹਨਾਂ ਦਾ ਰਾਤ ਬਾਕੀ ਹੈ ਜੀ। ਰਾਤ ਬਾਕੀ ਹੈ ਨੇ ਜਿੰਨੇ ਨੌਜਵਾਨ ਕਮਿਊਨਿਸਟ ਬਣਾਏ, ਇਹ ਗੱਲ ਕਮਿਊਨਿਸਟ ਪਾਰਟੀ ਦੇ ਲੀਡਰ ਸੋਹਣ ਸਿੰਘ ਜੋਸ਼ ਵਰਗਿਆਂ ਨੇ ਵੀ, ਹੋਰਨਾਂ ਨੇ ਵੀ ਮੰਨੀ, ਲਿਖ ਕੇ ਮੰਨੀ ਕਿ ਇਹ ਨਾਵਲ ਜਿਹੜਾ ਹੈਗਾ ਇਹਦੇ ਵਿੱਚ ਇਨਕਲਾਬ ਦੀ ਸਪਿਰਿਟ, ਇਹਦੇ ਵਿੱਚ ਮਾਰਕਸਵਾਦ, ਇਹਦੇ ਵਿੱਚ ਜਿਹੜਾ ਕਮਿਊਨਿਜ਼ਮ ਆ, ਇਸ ਤਰ੍ਹਾਂ ਭਰਿਆ ਕਿ ਇਹ ਜਿਹੜਾ ਨਾਵਲ ਆ ਉਹਨਾਂ ਨੇ ਬਹੁਤ ਹੀ ਉਸਨੂੰ ਸਲਾਹਿਆ ਔਰ ਬਹੁਤ ਪੜ੍ਹਿਆ ਗਿਆ। ਉਹਦੇ ਨਾਲ ਜਿੱਥੇ ਨੌਜਵਾਨ ਕਮਿਊਨਿਸਟ ਬਣੇ ਉੱਥੇ
ਇੱਕ ਬੀਬੀ ਡਾਕਟਰ ਸੀ ਜਸਵੰਤ ਗਿੱਲ ਜੀ ਔਰ ਦੀ MBBS ਉਹਨੇ ਜਦ ਉਹ ਨਾਵਲ ਪੜਿਆ ਤੇ ਚਿੱਠੀ ਲਿਖੀ ਤੇ ਉਹਦੀ ਜਿਹੜੀ ਪਾਤਰ ਹੈਗੀ ਰਾਜ ਉਹਦੇ ਨਾਲ ਨਿਆਂ ਨਹੀਂ ਕੀਤਾ ਕਮਲ ਸਾਹਿਬ ਹੈਰਾਨ ਹੋਏ ਕਿ ਵੀ ਇਹ ਨੌਜਵਾਨ ਲੜਕੀ ਇਹ ਮੈਨੂੰ ਮਤਾਂ ਦੇ ਰਹੀ ਹੈ ਵੀ ਇਹ ਕੌਣ ਹੋਈ ਚਿੱਠੀ ਪੱਤਰ ਸ਼ੁਰੂ ਹੋਇਆ ਉਹ ਚਿੱਠੀ ਪੱਤਰ ਦੇ ਵਿੱਚ ਜਿਵੇਂ ਜਿਵੇਂ ਦੂਜੀ ਚਿੱਠੀ ਆਈ ਤੀਜੀ ਚਿੱਠੀ ਆਈ ਪਤਾ ਲੱਗਿਆ ਵੀ ਉਹ ਕੁੜੀ ਤੇ ਬਹੁਤ ਹੀ ਪੜ੍ਹੀ ਲਿਖੀ ਹੈ MBBS ਹੈ ਡਾਕਟਰ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਚਿੱਠੀ ਪੱਤਰ ਆਈ ਫਿਰ ਜਦੋਂ ਮੇਲ ਮਿਲਾਪ ਹੋਇਆ ਤਾਂ ਉਹ ਪ੍ਰੇਮ ਭਾਵਨਾ ਦੇ ਵਿੱਚ ਬਦਲ ਗਿਆ ਤੇ ਇਹ ਗੱਲ ਕਿਸੇ ਤੋਂ ਗੁੱਝੀ ਛਿਪੀ ਨਹੀਂ ਕਿ ਡਾਕਟਰ ਜਸਵੰਤ ਗਿੱਲ ਉਹ ਆਪਣੀ ਨੌਕਰੀ ਫਿਰ ਛੱਡ ਕੇ ਉਦੋਂ ਤੱਕ ਤਾਂ ਨੀ ਉਹ ਢੁੱਡੀ ਕੇ ਆਈ ਜਦੋਂ ਤੱਕ ਕਮਲ ਸਾਹਿਬ ਦੇ ਬੱਚੇ ਵਿਆਹੇ ਨਹੀਂ ਗਏ ਔਰ ਕਮਲ ਸਾਹਿਬ ਦੱਸ ਵੀ ਦਿੱਤਾ ਸੀਗਾ ਕਿ ਮੇਰੇ ਚਾਰ ਲੜਕੀਆਂ ਨੇ ਇੱਕ ਲੜਕਾ ਜੀ ਔਰ ਉਸ ਤੋਂ ਬਾਅਦ ਫਿਰ ਉਹ ਢੁੱਡੀ ਕੇ ਦੇ ਵਿੱਚ ਉਹੀ ਜਿਹੜੀ ਕੋਠੀ ਬਣਾਈ ਸੀ ਉੱਥੇ ਆ ਗਈ ਸੀਗੀ ਔਰ ਪਿੰਡ ਦੇ ਵਿੱਚ ਡਾਕਟਰੀ ਦਾ ਉਹ ਇਲਾਜ ਕਰ ਰਹੀ ਸੀਗੀ ਔਰ ਖੁਦ ਉਹ ਪ੍ਰੀਤ ਲੜੀ ਦੇ ਵਿੱਚ ਅਰੋਗਤਾ ਦੇ ਬਾਰੇ ਚ ਡਾਕਟਰੀ ਨੁਕਤੇ ਤੋਂ ਲੇਖ ਲਿਖਦੀ ਸੀਗੀ ਔਰ ਬਹੁਤ ਸਾਰੀਆਂ ਕਿਤਾਬਾਂ ਅਰੋਗਤਾ ਮਾਰਗ ਵਗੈਰਾ ਹੋਰ ਇਸ ਤਰ੍ਹਾਂ ਉਹਨਾਂ ਨੇ ਮੈਂ ਪ੍ਰਿੰਸੀਪਲ ਸਾਹਿਬ ਇੱਕ ਸ਼ਾਮ ਅਸੀਂ ਜਦੋਂ ਇਕੱਠੇ ਸੀ ਮੈਂ ਤੇ ਸਰਦਾਰ ਸਾਹਿਬ ਸਰਦਾਰ ਜਸਵੰਤ ਸਿੰਘ ਕੰਵਲ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕੰਵਲ ਸਾਹਿਬ ਜਿੰਨੀ ਕੁ ਕਹਾਣੀ ਤੁਸੀਂ ਸੁਣਾਈ ਹੈ ਨਾ ਜੀ ਪਾਠਕਾਂ ਨੂੰ ਉਹਦੇ ਨਾਲੋਂ ਕੁਛ ਹੋਰ ਵੱਖਰਾ ਵੀ ਹੈ ਮੈਂ ਕਿਹਾ ਇਹ ਏਡਾ ਆਸਾਨ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਪਰਿਵਾਰਾਂ ਨੂੰ ਮਨਾ ਲੈਣਾ ਇਹ ਏਡਾ ਆਸਾਨ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਅਸਲੀ ਗੱਲ ਦਾ ਜਿਹੜਾ ਕਹਿੰਦੇ ਤੋੜਾ ਝਾੜ ਰਿਹਾ ਹੁਣ ਇਹ ਸਰਦਾਰ ਜਸਵੰਤ ਸਿੰਘ ਕੰਵਲ ਇੱਕ ਦਿਨ ਸ਼ਾਮ ਨੂੰ ਬੈਠੇ ਗੱਲਾਂ ਗੁੱਲਾਂ ਕਰਦੇ ਰਹੇ ਤੇ ਡਾਕਟਰ ਜਸਵੰਤ ਗਿੱਲ ਪਿਛਲੇ ਕਿਸੇ ਕਮਰੇ ਚ ਬੈਠੀ ਸੀਗੀ ਅੱਛਾ ਤੇ ਅਸੀਂ ਸ਼ਾਮ ਨੂੰ ਕਦੇ ਕਦੇ ਹੋ ਜਾਂਦੇ ਸੀ ਗੱਲਾਂ ਬਾਤਾਂ ਕਰਨ ਵਾਸਤੇ ਇਕੱਠੇ ਤੇ ਮੈਨੂੰ ਕਹਿਣ ਲੱਗੇ ਸਰਵਣ ਸਿੰਘ ਵਿਸਕੀ ਵੁਸਕੀ ਇਕੱਠੇ ਪੀ ਲੈਂਦੇ ਹੋਣੇ ਕਦੇ ਖੁਸ਼ੀਆਂ ਮਨਾਈਆਂ ਅੱਛਾ ਤੇ ਮੈਂ ਇੰਨੀਆਂ ਖੁਸ਼ੀਆਂ ਮਨਾਈਆਂ ਕਿ ਵੀ ਦੇਸ਼ ਪ੍ਰਦੇਸ਼ ਗਾਹੇ ਸਾਰੇ ਗਾਹੇ ਪਰ ਇੱਕ ਗੱਲ ਹੈਗੀ ਹੈ ਕਿ ਮੈਨੂੰ ਜਦੋਂ ਮੈਂ ਜਵਾਨ ਹੁੰਦਾ ਸੀ ਨਾ ਸ਼੍ਰੋਮਣੀ ਕਮੇਟੀ ਦੀ ਕਲਰਕੀ ਕਰਦਾ ਸੀ ਤਾਂ ਮੈਨੂੰ ਸਾਰੇ ਗਿਆਨੀ ਕਹਿਣ ਲੱਗ ਪਏ ਅੱਛਾ ਪਿੰਡ ਦੇ ਵਿੱਚ ਵੀ ਮੈਨੂੰ ਗਿਆਨੀ ਕਹਿੰਦੇ ਉਹਨਾਂ ਨੂੰ ਹੁਣ ਵੀ ਗਿਆਨੀ ਕਹਿੰਦੇ ਨੇ ਪਿੰਡ ਵਾਲੇ ਵੀ ਪਿੰਡ ਜਿਹੜੇ ਗਿਆਨੀ ਕਹਿਣ ਲੱਗ ਪਏ ਨਾ ਕਿ ਮੇਰਾ ਨਾਂ ਗਿਆਨੀ ਰੱਖਿਆ ਗਿਆਨੀ ਰੱਖਿਆ ਕਰਕੇ ਮੈਂ ਜੀਵਨ ਦੀਆਂ ਉਹ ਖੁਸ਼ੀਆਂ ਉਹ ਖੁੱਲਾਂ ਨਹੀਂ ਮੰਨ ਸਕਿਆ ਕਿਉਂਕਿ ਮੇਰੇ ਨਾਂ ਨਾਲ ਗਿਆਨੀ ਜੁੜ ਗਿਆ ਜੀ ਮੈਂ ਮੰਨ ਗਿਆ ਕਮਲ ਸਾਹਿਬ ਕੋਈ ਘੱਟ ਤਾਂ ਆਪਾਂ ਗਿਆਨੀ ਬਣ ਕੇ ਵੀ ਨਹੀਂ ਕੀਤੀ ਅੱਛਾ ਉਹ ਵੀ ਸਮਝ ਗਏ ਵੀ ਕਿੱਥੇ ਲਾਈ ਆ ਉਹ ਇਸ ਤਰ੍ਹਾਂ ਉਹਨਾਂ ਦਾ ਮੁਹੱਬਤਨਾਮਾ ਉਹਨਾਂ ਨੇ ਫਿਰ ਉਸ ਮੁਹੱਬਤਨਾਮੇ ਬਾਰੇ ਆਪ ਇੱਕ ਕਿਤਾਬ ਲਿਖੀ ਪੁੰਨਿਆਂ ਦਾ ਚੰਨ ਬਦਖੋਈ ਹੋਈ ਹੋਵੇ ਪਰਿਵਾਰ ਦੇ ਵਿੱਚ ਸੰਕਟ ਆਇਆ ਹੋਵੇ ਐਸੀ ਕੋਈ ਗੱਲ ਨੀ ਹੋਈ ਕਿਉਂਕਿ ਉਹਨੇ ਮਿਥ ਲਿਆ ਸੀਗਾ ਡਾਕਟਰ ਜਸਵੰਤ ਗਿੱਲ ਨੇ ਕਿ ਮੈਂ ਬੱਚੇ ਦੀ ਮਾਂ ਕਦੇ ਬਣਨਾ ਨੀ ਗਾ ਤੇ ਮੈਂ ਉਂਝ ਇਹਨਾਂ ਦੇ ਨਾਲ ਰਹਿਣਾ ਮੈਂ ਇਹਨਾਂ ਨੂੰ ਉਤਸ਼ਾਹਿਤ ਕਰਨਾ ਲਿਖਣ ਵਾਸਤੇ ਉਤਸ਼ਾਹਿਤ ਕਰਦੇ ਰਹੇ ਔਰ ਇਹਨਾਂ ਨੇ ਵੀ ਉਹਨਾਂ ਤੋਂ ਬਹੁਤ ਕੁਝ ਲਿਖਵਾਇਆ ਸਿਹਤ ਸਾਹਿਤ ਬਹੁਤ ਕੀਤਾ ਉਹਨਾਂ ਨੇ 17-18 ਕਿਤਾਬਾਂ ਲਿਖੀਆਂ ਔਰ ਤੁਸੀਂ ਦੇਖੋ ਕਿ ਉਹਨਾਂ ਬਾਰੇ ਜਿਹੜੇ ਬੰਦੇ ਕਹਿੰਦੇ ਆ ਕਿ ਵੀ ਉਹ ਤਾਂ ਕਾਮਰੇਡ ਸੀ ਤੇ ਬਾਅਦ ਦੇ ਵਿੱਚ ਕਾਮਰੇਡ ਹੀ ਭੰਡਣ ਲੱਗ ਪਏ ਨੇ ਜੀ ਉਹ ਤਾਂ ਕਾਮਰੇਡ ਨਹੀਂ ਰਿਹਾ ਉਹ ਤਾਂ ਨੈਕਸਲਾਈਟ ਸੀ ਜੀ ਫਿਰ ਨੈਕਸਲਾਈਟ ਵੀ ਜਦੋਂ ਇਹ ਕਹਿਣ ਲੱਗ ਪਏ ਵੀ ਇਹ ਤਾਂ ਖਾੜਕੂ ਹੈ ਫਿਰ ਕੋਈ ਕਹਿਣ ਲੱਗੇ ਤਾਂ ਸਿੱਖ ਘੁੰਮ ਲਈ ਆ ਫਿਰ ਕਹਿਣ ਲੱਗ ਪਏ ਕਈ ਇਹੋ ਜਿਹੇ ਕਿ ਇਹ ਤੇ ਫਿਰਕੂ ਹੈ ਬਹੁਤ ਸਾਰਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹਨਾਂ ਨੇ ਬਾਬਾ ਬਲਵੰਤ ਤੇ ਬਲਰਾਜ ਸਾਹਨੀ ਦੀ ਯਾਦ ਦੇ ਵਿੱਚ ਉਹ ਅਵਾਰਡ ਰੱਖੇ ਸਾਹਿਤ ਟਰੱਸਟ ਪੁਡੀਕੇ ਵੱਲੋਂ ਔਰ ਉਹ ਹਰ ਸਾਲ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਰਹੇ ਆ ਲਗਭਗ 100 ਦੇ ਕਰੀਬ ਸਾਹਿਤਕਾਰਾਂ ਨੂੰ ਜਿਹੜੇ ਅਵਾਰਡ ਦਿੱਤੇ ਆ ਸਾਹਿਤ ਨੇ ਜਸਵੰਤ ਸਿੰਘ ਕੰਵਲ ਨੇ ਉਹ ਬਾਬਾ ਬਲਵੰਤ ਔਰ ਬਲਰਾਜ ਸਾਹਨੀ ਦੇ ਨਾਂ ਤੇ ਦਿੱਤੇ ਆ ਤੁਸੀਂ ਦੇਖ ਲਓ ਕਿ ਬਾਬਾ ਬਲਵੰਤ
ਤੇ ਬਲਰਾਜ ਸਾਹਨੀ ਉਹ ਸਿੱਖ ਸੀਗੇ ਕਿ ਜੇ ਗੈਰ ਸਿੱਖ ਸੀ ਅਗਲੀ ਗੱਲ ਫਿਰ ਉਸ ਤੋਂ ਬਾਅਦ ਜਸਵੰਤ ਗਿੱਲ ਦੇ ਨਾਂ ਤੇ ਵੀ ਇੱਕ ਅਵਾਰਡ ਸ਼ੁਰੂ ਕੀਤਾ ਪਿੰਡ ਦੀ ਸਰਪੰਚੀ ਕੀਤੀ ਦੋ ਵਾਰ ਇਲੈਕਸ਼ਨ ਲੜ ਕੇ ਜਿੱਤੇ ਪਿੰਡ ਦੇ ਵਿੱਚ ਹਾਇਰ ਸੈਕੰਡਰੀ ਸਕੂਲ ਕਾਲਜ ਹਸਪਤਾਲ ਡਾਕਘਰ ਟੈਲੀਫੋਨ ਪੱਕੀ ਸੜਕ ਪੱਕੀਆਂ ਬੀਆਂ ਔਰ ਲਾਲਾ ਲਾਜਪਤ ਰਾਏ ਖੇਡ ਮੇਲਾ ਲਾਲੇ ਦੀ ਜਗ੍ਹਾ ਮੈਮੋਰੀਅਲ ਲਾਇਬ੍ਰੇਰੀ ਹਾਲ ਤੋਂ ਇਹ ਪਿੰਡ ਦੀ ਡਿਵੈਲਪਮੈਂਟ ਉਸ ਵੇਲੇ ਜਦੋਂ ਇਹ ਸਰਪੰਚ ਸੀ ਪਿੰਡ ਦੇ ਤਾਂ ਉਦੋਂ ਨੈਸ਼ਨਲ ਅਵਾਰਡ ਮਿਲਿਆ ਦੀ ਪੰਚਾਇਤ ਉਹ ਮੈਂ ਉਹਨਾਂ ਦੇ ਬਹੁ ਪੱਖੀ ਸ਼ਖਸੀਅਤ ਬਾਰੇ ਵੀ ਦੱਸਦਾ ਕਿ ਉਹ ਉਹਨਾਂ ਦੇ ਬਹੁ ਪੱਖੀ ਵਿਚਾਰ ਇੱਕ ਚੀਜ਼ ਬਹੁਤ ਕਲੀਅਰ ਕਰਨ ਵਾਲੀ ਹੈ ਕਿ ਢੁੱਡੀਕੇ ਲਾਲਾ ਲਾਜਪਤ ਰਾਏ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਲੇਕਿਨ ਇਸ ਮਾਮਲੇ ਚ ਜਸਵੰਤ ਸਿੰਘ ਕੰਵਲ ਬੜੇ ਸਪਸ਼ਟ ਰਹੇ ਉਹ ਕਦੇ ਵੀ ਨਹੀਂ ਮੰਨੇ ਕਿ ਇਹ ਜਿਹੜਾ ਸਾਈਮਨ ਕਮਿਸ਼ਨ ਸੀ ਉਸ ਮੌਕੇ ਵਿਰੋਧ ਦੇ ਵਿੱਚ ਲਾਲਾ ਲਾਜਪਤ ਰਾਏ ਨੂੰ ਜਿਹੜੀਆਂ ਸੱਟਾਂ ਲੱਗੀਆਂ ਸੀ ਉਹਦੇ ਤੋਂ ਉਹ ਉਹਨਾਂ ਦੀ ਮੌਤ ਹੁੰਦੀ ਉਹ ਸਦਾ ਇਸ ਚੀਜ਼ ਨੂੰ ਕਹਿੰਦੇ ਰਹੇ ਕਿ ਨਹੀਂ ਗੱਲ ਕੁਛ ਹੋਰ ਸੀ ਬਣਾਤੀ ਗਈ ਲੇਕਿਨ ਨਾਲ ਦੀ ਨਾਲ ਉਹ ਇਹ ਵੀ ਸਮਝਦੇ ਸੀਗੇ ਕਿ ਜੇਕਰ ਲਾਲਾ ਲਾਜਪਤ ਰਾਏ ਦੇ ਨਾਂ ਤੇ ਕੁਝ ਕਰਾਂਗੇ ਤੇ ਸਰਕਾਰਾਂ ਪੈਸੇ ਦੇ ਦੇਣਗੀਆਂ ਤੇ ਇਲਾਕੇ ਦਾ ਭਲਾ ਹੋਜੂ ਪਿੰਡ ਦੇ ਲੋਕਾਂ ਨੂੰ ਫਾਇਦਾ ਹੋਜੂ ਸੋ ਜਸਵੰਤ ਸਿੰਘ ਕੰਵਲ ਜੁਗਾੜੀ ਨੇਚਰ ਦੇ ਮੈਂ ਦੇਖਿਆ ਕਾਫੀ ਸੀਗੇ ਇਹ ਗੱਲ ਜਰਾ ਕਲੀਅਰ ਕਰ ਦਿਓ ਦੇਖੋ ਜਸਵੰਤ ਸਿੰਘ ਕੰਵਲ ਦਾ ਜਿਸ ਘਰ ਦੇ ਵਿੱਚ ਜਨਮ ਹੋਇਆ ਹੁਣ ਤਾਂ ਉਸ ਘਰ ਦੇ ਵਿੱਚ ਇੱਕ ਹੋਰ ਪਰਿਵਾਰ ਰਹਿ ਰਿਹਾ ਕੀਵਰ ਪਰਿਵਾਰ ਰਹਿ ਰਿਹਾ ਉਹਦੇ ਚ ਉਸ ਘਰ ਦੇ ਬਿਲਕੁਲ ਪਿਛਲੇ ਪਾਸੇ ਕੁਝ ਕਰਮਾਂ ਦੀ ਵਿੱਥ ਤੇ ਕੋਠਿਆਂ ਦੇ ਉੱਤੋਂ ਬਿਲਕੁਲ ਨਾਲ ਜਿਹੜੇ ਕੱਚੇ ਕੋਠੇ ਚ ਲਾਲਾ ਲਾਜਪਤ ਰਾਏ ਦਾ ਜਨਮ ਹੋਇਆ ਇਹਨਾਂ ਦਾ ਜੇ ਜਨਮ ਹੋਣ ਦਾ ਥਾਂ ਵੇਖਿਆ ਜਾਵੇ ਤਾਂ ਇਹ 40 ਜਾਂ 50 ਕਰਮਾਂ ਦੇ ਦਾਇਰੇ ਦੇ ਵਿੱਚ ਇਹਨਾਂ ਦੋਨਾਂ ਦਾ ਜਨਮ ਹੋਇਆ ਇਹ ਠੀਕ ਹੈ ਕਿ ਉਹ 1965 ਦੇ ਵਿੱਚ ਲਾਲਾ ਲਾਜਪਤ ਰਾਏ ਜਨਮੇ ਤੇ 35 ਸਾਲ ਉਹ ਤੇ 19 ਸਾਲ ਹੋ ਇਹ ਉਦੋਂ ਬਾਅਦ ਜਨਮੇ ਔਰ ਜਦੋਂ 1956 ਦੇ ਵਿੱਚ 55 ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਨੇ ਆਉਣਾ ਸੀਗਾ ਢੁੱਡੀਕੇ ਰਾਜਿੰਦਰ ਪ੍ਰਸਾਦ ਨੇ ਤੇ ਉਦੋਂ ਫਿਰ ਉਹਨਾਂ ਨੇ ਆ ਕੇ ਲਾਲਾ ਲਾਜਪਤ ਰਾਏ ਜਨਮ ਸਥਾਨ ਦਾ ਨੀਂਹ ਪੱਥਰ ਰੱਖਣਾ ਸੀ ਉਹਦੇ ਤੇ ਹਾਲ ਬਣਨਾ ਸੀ ਬਹੁਤ ਵੱਡਾ ਹਾਲ ਹੋਰ ਵੀ ਕਈ ਚੀਜ਼ਾਂ ਬਣਨੀਆਂ ਸੀ ਤਾਂ ਇਹਨਾਂ ਦੇ ਮਨ ਚ ਆਈ ਕਿ ਲਾਲਾ ਜੀ ਦੇ ਨਾਂ ਇੱਕ ਤਾਂ ਉਹ ਜੰਮੇ ਪਲੇ ਉੱਥੋਂ ਦੇ ਨੇ ਜਦੋਂ ਸਾਰਾ ਦੇਸ਼ ਹੀ ਕਹੀ ਜਾਂਦਾ ਹੈ ਕਿ ਵੀ ਉਹ ਦੇਸ਼ ਭਗਤ ਨੇ ਪੰਜਾਬ ਕੇਸਰੀ ਨੇ ਤੇ ਹੈਗੇ ਉਹ ਢੁੱਡੀਕੇ ਦੇ ਜੰਮਪਲ ਤਾਂ ਕਿਉਂ ਨਾ ਉਹਨਾਂ ਦੇ ਨਾਂ ਦੇ ਉੱਤੇ ਪਿੰਡ ਦੀ ਡਿਵੈਲਪਮੈਂਟ ਕੀਤੀ ਜਾਵੇ ਔਰ ਪਿੰਡ ਦੀ ਡਿਵੈਲਪਮੈਂਟ ਲਾਲਾ ਜੀ ਦੇ ਨਾਂ ਤੇ ਹੀ ਹੋਈ ਪਰ ਕਿਉਂਕਿ ਮੈਨੂੰ ਇਹ ਸਵਾਲ ਵਾਰ ਵਾਰ ਕਈਆਂ ਥਾਵਾਂ ਤੇ ਪੁੱਛਿਆ ਜਾਂਦਾ ਕੰਵਲ ਸਾਹਿਬ ਇਹ ਦਲੀਲ ਦਿੰਦੇ ਨੇ ਵੀ ਜੇ ਪਿੰਡ ਦੇ ਨੌਜਵਾਨਾਂ ਨੂੰ ਪੜ੍ਹਾ ਲਿਆ ਖਿਡਾਰੀ ਬਣਾ ਲਿਆ ਪਿੰਡ ਚ ਚੇਤਨਤਾ ਲੈਣ ਦੀ ਸਿਹਤ ਲੈਣ ਦੀ ਹਸਪਤਾਲ ਲੈਣ ਦਾ ਤਾਂ ਇਹ ਇਨਕਲਾਬ ਲਈ ਚੰਗਾ ਕੰਮ ਆ ਕਿ ਇਨਕਲਾਬ ਲਈ ਮਾੜਾ ਕੰਮ ਆ ਜਾਗਰਤ ਕਰਨਾ ਪੜਾਉਣਾ ਇਹ ਕੋਈ ਮਾੜੀ ਗੱਲ ਨੀ ਗੀ ਜੇ ਅਸੀਂ ਲਾਲਾ ਜੀ ਦਾ ਨਾਂ ਤਾਂ ਕਈ ਵਾਰ ਕਹਿ ਦਿੰਦੇ ਆ ਜੇ ਅਸੀਂ ਲਾਲਾ ਜੀ ਦਾ ਨਾਂ ਵਰਤਿਆ ਪਿੰਡ ਦੇ ਇਲਾਕੇ ਦੇ ਨੌਜਵਾਨਾਂ ਨੂੰ ਜਾਗਰਤ ਕਰਨ ਵਾਸਤੇ ਤਾਂ ਕੀ ਗੱਲ ਕੀਤੀ ਜਿੱਥੋਂ ਤੱਕ ਗਦਰੀ ਬਾਬਿਆਂ ਦੀ ਗੱਲ ਆ ਗਦਰੀ ਬਾਬਿਆਂ ਦੀ ਬਕਾਇਦਾ ਉੱਥੇ ਯਾਦਗਾਰ ਬਣੀ ਹੈ ਜਿੱਥੇ ਉਹ ਮੀਟਿੰਗਾਂ ਕਰਦੇ ਰਹੇ ਆ ਜਗ੍ਹਾ ਦਾ ਨਾਂ ਜਿੱਥੇ ਜਨਮੇ ਆ ਲਾਲਾ ਜੀ ਉਹਦਾ ਨਾਂ ਤਾਂ ਹੈਗਾ ਲਾਜਪਤ ਰਾਏ ਮੈਮੋਰੀਅਲ ਜੀ ਜਿਹਨੂੰ ਲਾਲੇ ਦੀ ਜਗ੍ਹਾ ਕਹਿੰਦੇ ਆ ਪਿੰਡ ਵਾਲੇ ਤੇ ਜਿਹੜੀਆਂ ਸੜਕਾਂ ਨੇ 6 ਸੜਕਾਂ ਨੇ ਉੱਥੋਂ 6-7 ਸੜਕਾਂ ਜਿਹੜੀਆਂ ਢੁੱਡੀ ਜਦੋਂ ਪਾਸ ਨੂੰ ਜਾਂਦੀਆਂ ਉਹ ਸਾਰੀਆਂ ਹੀ ਗਦਰੀ ਬਾਬਿਆਂ ਦੇ ਨਾਂ ਤੇ ਨੇ ਜੀ ਗਦਰੀ ਬਾਬਿਆਂ ਨੂੰ ਇਨਕਲਾਬੀਆਂ ਨੂੰ ਕਿਸੇ ਗੱਲੋਂ ਕੋਈ ਪਿੱਛੇ ਰੱਖਣ ਦੀ ਨਹੀਂ ਗੀ ਜੇ ਸਟੇਡੀਅਮ ਦਾ ਨਾਂ ਹੈਗਾ ਉਹ ਦੇਸ਼ ਭਗਤਾਂ ਦੇ ਨਾਂ ਤੇ ਦੇਸ਼ ਭਗਤ ਸਟੇਡੀਅਮ ਹੈ ਤਾਂ ਆਪ ਉੱਥੇ ਰਿਹਾ ਇਹਨਾਂ ਤੇ ਅੱਛਾ ਇੱਕ 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 ਚੀਜ਼ ਹੁਣ ਜਿਹੜੀ ਅਸੀਂ ਕਿਉਂਕਿ ਅਜੇ ਹੋਰ ਕੁਛ ਗੱਲਬਾਤ ਕਰਨੀ ਆ ਲੇਕਿਨ ਇੱਕ ਅੱਜ ਕੱਲ ਵਿਵਾਦ ਚੱਲਿਆ ਮੈਂ 2 ਦਿਨ ਤੋਂ ਦੇਖਦਾ ਸੀਗਾ ਔਰ ਉਹ ਕੁਝ ਲੋਕਾਂ ਨੇ ਫਾਰਵਰਡ ਕਰ ਰਹੇ ਆ ਇੱਕ ਉਹਨਾਂ ਦਾ ਜਿਹੜਾ ਸ਼ਾਇਦ ਦੋਤਾ ਹੈ ਸੁਮੇਲ ਸਿੰਘ ਸਿੱਧੂ ਹਾਂ ਉਹ ਹੀਰ ਬੰਨਾ ਹੈ ਪੰਜਾਬ ਦੇ ਨਾਂ ਤੇ ਜਸਵੰਤ ਸਿੰਘ ਕੰਵਲ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੇ ਚਲੋ ਉਹਨਾਂ ਦੀ ਪਰਿਵਾਰਕ ਹੈ ਜਿਵੇਂ ਵੀ ਲੈ ਕੇ ਜਾਣ
लेकिन जसवंत सिंह कंवल की इस बरसी के मौके से जिहड़ा समागम करवाया जाना है उन्हों लैके कुछ पैसे इकट्ठे करने की ज बाकी चीज एक विवाद छिड़िया होया। मैनू लगता है कि जींदे जी जसवंत सिंह कंवल ने सरदार साहब ने कदे नहीं सोचा होना स्वर्गी कंवल कदे ख्वाब च भी नहीं सोच सकते कि यह कुछ इस तरह का हो पे मेरे नाँ ते क्योंकि उहदे पैसे वंडन वाले जिते लोड़वंदां नूं मदद करते सीगे। मैनू याद है कि मैनू उन्होंने कई बार कहा सीगा कि जिते किसी नूं लोड़ होवे मैं मदद करदा मेरी जिहड़ी रॉयल्टी आउंदी है किताबां दे पैसे आउंदे आ उहदे चों वी मैं लोड़ पैण ते जिहड़े नवे लोग आ उहनां नूं सपोर्ट करदा। सो इस तरह के विवाद तों बचना चाहीदा एडे वड्डे ਤੁਸੀਂ ਉਹਨਾਂ ਦੇ ਪਰਿਵਾਰ ਨਾਲ ਜੁੜੇ ਹੋਵੋਗੇ। ਸੁਮੇਲ ਸਿੰਘ ਸਿੱਧੂ ਦੇ ਨਾਂ ਤੇ ਜੇ ਕੋਈ ਹੋਰ ਕਰ ਰਿਹਾ ਤੇ ਮਾੜੀ ਗੱਲ ਆ, ਜੇਕਰ ਸਿੱਧੂ ਸਾਹਿਬ ਇਸ ਤਰੀਕੇ ਨਾਲ ਕੋਈ ਫੰਡ ਰੇਜ਼ਿੰਗ ਦਾ ਕਰ ਰਹੇ ਆ ਤੇ ਉਹਨਾਂ ਨੂੰ ਸਪਸ਼ਟ ਹੋ ਕੇ ਕਿਸੇ ਵਿਚਾਰਧਾਰਾ ਦੀ ਡਿਵੈਲਪਮੈਂਟ ਲਈ ਕਰਨਾ ਚਾਹੀਦਾ। ਸਮਾਗਮ ਕਰਵਾਉਣ ਲਈ ਤਾਂ ਪੰਜਾਬੀਆਂ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ, ਆਪ ਹੀ ਦੇਣ ਨੂੰ ਤਿਆਰ। ਮੇਰੀ ਜਾਣਕਾਰੀ ਦੇ ਵਿੱਚ ਇਹ ਕੋਈ ਗੱਲ ਨਹੀਂ ਹੈਗੀ ਕਿ ਸੁਮੇਲ ਸਿੰਘ ਸਿੱਧੂ ਕੋਈ ਫੰਡ ਇਕੱਠਾ ਕਰ ਰਹੇ ਆ। ਮੇਰੀ ਜਾਣਕਾਰੀ ਚ ਸਿਰਫ ਇੰਨੀ ਗੱਲ ਹੈ ਕਿ ਜਿਹੜਾ 100 ਸਾਲ ਦੇ ਹੋਣ ਦਾ ਸਮਾਗਮ ਕੀਤਾ ਗਿਆ ਡੀਕੇ ਦੇ ਵਿੱਚ 5 ਰੋਜ਼ਾ, ਉਹਦੇ ਵਿੱਚ ਆਇਆ ਗਿਆ ਨੂੰ ਜੋ ਕੁਛ ਵੀ ਉਹਨਾਂ ਦੀ ਸੇਵਾ ਕਰਨੀ ਹੈ, ਜੋ ਵੀ ਉੱਥੇ ਉਸਦਾ ਖਰਚ ਖੇਚਲ ਸੀ ਉਹਦੇ ਚ ਮੈਂ ਵੀ ਯੋਗਦਾਨ ਪਾਇਆ, ਹੋਰਨਾਂ ਨੇ ਵੀ ਦੋਸਤਾਂ ਮਿੱਤਰਾਂ ਨੇ ਪਾਇਆ। ਔਰ ਉਹ ਕੋਈ ਇਹੋ ਜਿਹੀ ਗੱਲ ਨਹੀਂ ਕਿ ਇਹੋ ਜਿਹਾ ਫੰਡ ਹੋ ਗਿਆ ਕਿ ਉਹਦੇ ਚ ਵੀ ਕੋਈ ਉਹਦਾ ਕੋਈ ਵੱਡਾ ਮਤਲਬ ਗਾਂਹ ਕੋਈ ਸਮਾਗਮ ਕਰਨਾ, ਹਲੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਸਾਹਿਤ ਟਰੱਸਟ ਟੁੱਟੀ ਕੇ ਉਹਨਾਂ ਦਾ ਆਪਣਾ ਹੈਗਾ ਹੀ ਆ, ਔਰ ਜਿਹੜਾ 5 ਲੱਖ ਰੁਪਈਆ ਉਹਨਾਂ ਦੇ ਇਲਾਜ ਲਈ ਸਰਕਾਰ ਨੇ ਦਿੱਤਾ ਸੀ ਜੀ, ਉਹ ਪਰਿਵਾਰ ਨੇ ਧੰਨਵਾਦ ਕਰਦਿਆਂ ਮੋੜ ਦਿੱਤਾ ਸੀ ਕਿ ਅਸੀਂ ਆਪਣੇ ਬਾਪੂ ਦੀ ਸਾਂਭ ਸੰਭਾਲ ਕਰਨ ਦੇ ਯੋਗ ਹਾਂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ 5 ਲੱਖ ਰੁਪਇਆ ਸਾਨੂੰ ਭੇਜਿਆ, ਇਹ ਅਸੀਂ ਤੁਹਾਨੂੰ ਇਸ ਕਰਕੇ ਦੇ ਰਹੇ ਹਾਂ ਵਾਪਸ ਕਿ ਇਹ ਕਿਸੇ ਲੋੜਵੰਦ ਨੂੰ ਦਿਓ ਜੀ, ਕਿਸੇ ਲੋੜਵੰਦ ਨੂੰ ਦਿਓ। ਹਾਂ, ਜੇ ਤੁਸੀਂ ਚਾਹੁੰਦੇ ਹੋ ਕਿ ਟੁੱਡੀਕੇ ਦੇ ਵਿੱਚ ਕਮਲ ਜੀ ਦੇ ਨਾਂ ਦੇ ਉੱਤੇ ਕੋਈ ਚੀਜ਼ ਤੁਸੀਂ ਬਣਾਉਣੀ ਆ, ਜੇ ਸਦਕੇ ਬਣਾਓ ਉਹਦੇ ਚ ਪਾ ਲਓ, ਪਰ ਉਹਨਾਂ ਦੇ ਇਲਾਜ ਵਾਸਤੇ ਸਾਨੂੰ ਨਹੀਂ ਚਾਹੀਦਾ। ਉਹ ਪੈਸੇ ਪੱਖੋਂ ਜਸਵੰਤ ਸਿੰਘ ਕਮਲ ਇਹ ਤਾਂ ਨਹੀਂ ਹੈਗਾ ਕਿ ਵੀ ਬਹੁਤ ਹੀ ਉਹ ਸਰਦਾ ਪੁੱਜਦਾ ਸੀ, ਐਸੀ ਗੱਲ ਨਹੀਂ। ਸਧਾਰਨ ਜ਼ਿਮੀਦਾਰ ਜਿਵੇਂ ਹੁੰਦੇ ਨੇ ਉਸ ਜ਼ਿਮੀਦਾਰ ਸੀ, ਸਰਫੇ ਹੱਥਾਂ ਪੂਰਾ ਸੀ, ਸਰਫੇ ਹੱਥੀਂ ਅਸੀਂ ਵੀ ਸਾਨੂੰ ਵੀ ਸਿਖਾਇਆ ਸਰਫਾ ਰੱਖਣਾ ਸਰਫਾ ਕਰਨਾ। ਉਹ ਫੈਲਸੂਫੀ ਕਦੇ ਨਹੀਂ ਕੀਤੀ ਬਹੁਤੀ ਉਹਨਾਂ ਨੇ, ਬਹੁਤੀ ਕੀ ਥੋੜੀ ਵੀ ਨਹੀਂ ਕੀਤੀ, ਔਰ ਕਈ ਵਾਰੀ ਤਾਂ ਤੁਰ ਕੇ ਜਾਣਾ ਉੱਥੇ ਜਦਵਾਲ ਤੱਕ ਜੀ। ਔਰ ਐਡੇ ਵੱਡੇ ਸਾਹਿਤਕਾਰ ਹੋ ਕੇ ਵੀ ਬੱਸਾਂ ਦੇ ਹੀ ਸਫ਼ਰ ਕਰਦੇ ਰਹੇ ਨੇ ਅਕੇਲੀ ਉਮਰ ਤੱਕ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਵੀ ਉਹਨਾਂ ਦੀ ਕਿਉਂਕਿ ਮੈਂ ਇਹਨਾਂ ਵਿਵਾਦਾਂ ਚ ਨੀ ਪੈਂਦਾ, ਨਾ ਤਾਂ ਅਸੀਂ ਮੈਨੂੰ ਪਤਾ ਹੈ ਕਿ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਨਾਲ ਕੰਵਲ ਜਿਉਂਦੇ ਨੇ, ਉਹਦੇ ਉੱਤੇ ਕੋਈ ਨਵਾਂ ਰੰਗ ਚਾੜਿਆ ਨਹੀਂ ਜਾ ਸਕਦਾ, ਸਾਰੇ ਰੰਗ ਬੜੇ ਸੁਰਖ ਰੰਗ ਆ ਤੇ ਉਹਨਾਂ ਦੇ ਰੰਗ ਬੜੇ ਫੈਲੇ ਹੋਏ ਆ, ਉਹਦੇ ਉੱਤੇ ਕੋਈ ਨਵਾਂ ਰੰਗ ਚਾੜਿਆ ਨਹੀਂ ਜਾ ਸਕਦਾ। ਲੇਕਿਨ ਇਹ ਵੀ ਇੱਕ ਵਿਵਾਦ ਛਿੜਿਆ ਸੀ ਪਿਛਲੇ ਦਿਨਾਂ ਚ। ਦੇਖੋ, ਜਿਹਨਾਂ ਨੇ ਵਿਵਾਦ ਛੇੜਨੇ ਆ ਉਹਨਾਂ ਨੂੰ ਤਾਂ ਕਿਸੇ ਨੇ ਰੋਕ ਨਹੀਂ ਲੈਣਾ, ਵਿਵਾਦ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਬੇਫਜ਼ੂਲ ਵੀ ਛੇੜੇ ਜਾਂਦੇ ਨੇ। ਉਹਨਾਂ ਦੇ ਉੱਤੇ ਜੋ ਜਿਹਨਾਂ ਲਿਖਤਾਂ ਦਾ ਅਸਰ ਸੀਗਾ, ਮੇਰੀ ਉਹਨਾਂ ਦੇ ਨਾਲ ਨੇੜਤਾ 58 ਸਾਲ ਦੀ ਹੈ ਜੀ, 58 ਤੋਂ ਵੀ ਬਲਕਿ ਜ਼ਿਆਦਾ ਹੋ ਗਈ, 58 ਤੋਂ ਲੈ ਕੇ ਸਮਝ ਲਓ 30 ਤੱਕ 60 ਸਾਲਾਂ ਦੀ ਗੱਲ ਹੋ। ਉਹਦੇ ਵਿੱਚ ਮੈਂ ਮਹਿਸੂਸ ਕੀਤਾ ਕਿ ਉਹਨਾਂ ਤੇ ਲੋਕ ਗੀਤਾਂ ਦਾ ਬਹੁਤ ਅਸਰ ਸੀ, ਪੂਰਨਮਾਸ਼ੀ ਸਾਫ਼ ਦਿਸਦਾ ਹੈ, ਉਹਨਾਂ ਤੇ ਗੁਰਬਾਣੀ ਦਾ ਬਹੁਤ ਅਸਰ ਸੀ, ਉਹਨਾਂ ਤੇ ਸੂਫੀ ਸਾਹਿਤ ਦਾ ਅਸਰ ਸੀ, ਉਹਨਾਂ ਦੇ ਉੱਤੇ ਹੀਰ ਵਾਰਸ ਦਾ ਸਭ ਤੋਂ ਜ਼ਿਆਦਾ ਸਫ਼ਰ ਮੈਂ ਕਹਿੰਦਾ ਅਸਰ ਸੀ। ਹੀਰ ਵਾਰਸ ਬਾਰੇ ਮੈਨੂੰ ਵਾਰ ਵਾਰ ਕਹਿੰਦੇ ਸੀ ਮੇਰੇ ਲਈ ਇਹ ਮੁਕੱਦਸ ਕਿਤਾਬ ਹੈ, ਔਰ ਹੀਰ ਨੂੰ ਸੁਣਨਾ, ਹੀਰ ਨੂੰ ਖੁਦ ਗਾਉਣਾ ਇਹ ਕਮਲ ਦਾ ਆਪਣਾ ਸ਼ੌਕ ਰਿਹਾ। ਇਸ ਕਰਕੇ ਇਹ ਕਹਿਣਾ ਕਿ ਜੇ ਭਾਈ ਉਸਨੂੰ ਹੀਰ ਪਸੰਦ ਸੀ, ਅਮਰਜੀਤ ਗੁਰਦਾਸਪੁਰੀ ਨੂੰ ਅਸੀਂ ਬੇਨਤੀ ਕੀਤੀ ਸੀਗੀ ਕਿ ਵੀ ਤੁਸੀਂ ਇੱਕ ਦਿਨ ਆ ਕੇ, ਗੁਰਭਜਨ ਗਿੱਲ ਕਹਿੰਦਾ ਸੀ ਕਿ ਮੈਂ ਲਿਆਊਂਗਾ ਉਹਨਾਂ ਨੂੰ ਹੀਰ ਸੁਣਵਾਉਣੇ ਆ ਇੱਕ ਵਾਰੀ ਜਾਣ ਤੋਂ ਪਹਿਲਾਂ, ਚਲੋ ਨਹੀਂ ਸੁਣਵਾਈ ਜਾ ਸਕੀ, ਪਰ ਸ਼ਰਧਾਂਜਲੀ ਸਮਾਗਮ ਮੌਕੇ ਉਹ ਅਮਰਜੀਤ ਆਏ, ਆ ਕੇ ਉਹਨਾਂ ਨੇ ਫਿਰ ਆਪਣੀ ਅਕੀਦਤ ਪੇਸ਼ ਕੀਤੀ। ਸੋ ਇਹ ਗੱਲ ਨਹੀਂ ਕਿ ਵੀ ਹੀਰ ਨੂੰ ਜੇ ਕੋਈ
ਮੁਕੱਦਸ ਕਿਤਾਬ ਕਹਿੰਦਾ ਜੇ ਕੋਈ ਉਸ ਨੂੰ ਪਿਆਰ ਕਰਦਾ ਵੀ ਉਹਦੇ ਨਾਲ ਉਹ ਸਮਝ ਲਓ ਕਿ ਵੀ ਉਹ ਜਾਣੀ ਵੀ ਆਸ਼ਕੀ ਗੱਲ ਕਰ ਰਿਹਾ। ਮੈਂ ਤੇ ਸਮਝਦਾ ਹਾਂ ਕਿ ਜਿਹੜਾ ਹੀਰ ਦਾ ਕਿੱਸਾ ਵਾਰਸ ਨੇ ਲਿਆ ਹੋਇਆ ਸਾਡੇ ਪੰਜਾਬੀ ਸਾਹਿਤ ਦੇ ਵਿੱਚ, ਉਹ ਇੱਕ ਸਿਰਮੌਰ ਪੁਸਤਕ ਹੈਗੀ ਆ। ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਉਹ ਸੁਪਰੀਮ ਨੇ, ਸਭ ਤੋਂ ਉੱਪਰ ਨੇ ਜੀ, ਪਰ ਉਦੋਂ ਬਾਅਦ ਜਿਹੜੀਆਂ ਕਿਤਾਬਾਂ ਆਉਂਦੀਆਂ ਨੇ ਨਾ ਹੋਰ, ਉਹਨਾਂ ਦੇ ਵਿੱਚ ਕਿੱਸਾ ਸਾਹਿਤ ਵੀ ਆਉਂਦਾ, ਸੂਫੀ ਸਾਹਿਤ ਵੀ ਆਉਂਦਾ। ਫਿਰ ਉਸ ਤੋਂ ਬਾਅਦ ਅਸੀਂ ਲਿਖਣ ਵਾਲੇ ਗਾਂਹ ਦੀ ਗਾਂਹ ਨਾਵਲ ਲਿਖਣ ਵਾਲੇ, ਕਵਿਤਾ ਲਿਖਣ ਵਾਲੇ, ਨਾਟਕ ਲਿਖਣ ਵਾਲੇ, ਵਾਰਤਕ ਲਿਖਣ ਵਾਲੇ ਹੋਰ ਬੜੇ ਆਉਂਦੇ ਨੇ। ਉਹ ਜਿਹੜਾ ਉਹ ਹੀਰ ਬੰਨਾ ਪੰਜਾਬ ਆ ਨਾ, ਦਰਅਸਲ ਇਹ ਸੀ ਕਿ ਸਾਂਝਾ ਪੰਜਾਬ ਜੀ, ਸਾਂਝਾ ਪੰਜਾਬ ਜਿਹਦੇ ਵਿੱਚ ਕਿਸੇ ਇੱਕ ਧਰਮ ਨੂੰ ਹੀ ਮੇਰੀ ਨਾ ਮੰਨਿਆ ਜਾਵੇ। ਜੋ ਸ਼ਾਹ ਮੁਹੰਮਦ ਨੇ ਕਿਹਾ ਕਿ ਇਹ ਜਿਹੜਾ ਪੰਜਾਬ ਆ, ਜਾਂ ਪੂਰਨ ਸਿੰਘ ਨੇ ਕਿਹਾ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ, ਪੰਜਾਬ ਜਿੰਦ ਗੁਰਾਂ ਦੇ ਨਾਮ ਤੇ, ਉਹ ਉਸ ਪੰਜਾਬ ਦਾ ਜਿਹੜਾ ਮਦਈ ਸੀ ਜਸਵੰਤ ਸਿੰਘ ਕੰਵਲ, ਔਰ ਅਜਿਹੀਆਂ ਲਿਖਤਾਂ ਥਾਂ ਥਾਂ ਤੇ ਭਰੀਆਂ ਪਈਆਂ ਨੇ ਕਿਤਾਬਾਂ, ਜਿਹਦੇ ਵਿੱਚ ਉਹ ਸਾਂਝੇ ਪੰਜਾਬ ਦੀ ਗੱਲ ਕਰਦੇ ਆ। ਅੱਛਾ, ਮੈਨੂੰ ਪ੍ਰਿੰਸੀਪਲ ਸਾਹਿਬ ਇਹ ਦੱਸੋ ਕਿ ਜਸਵੰਤ ਸਿੰਘ ਕੰਵਲ ਕੋਲ ਸਿਆਸੀ ਬੰਦੇ ਬਹੁਤ ਆਉਂਦੇ ਜਾਂਦੇ ਸੀ। ਮੈਨੂੰ ਯਾਦ ਹੈ ਮਨਪ੍ਰੀਤ ਬਾਦਲ ਨੇ ਪੀਪਲਸ ਪਾਰਟੀ ਆਫ ਪੰਜਾਬ ਬਣਾਈ, ਉਹ ਵੀ ਢੁੱਡੀ ਕੇ ਨੂੰ ਗੇੜਾ ਮਾਰ ਕੇ ਆਏ ਕੰਵਲ ਤੋਂ ਰਾਹ ਲੈਣ ਲਈ, ਨਵੀਂ ਦਿਸ਼ਾ ਲੈਣ ਲਈ। ਕਦੇ ਕਦੇ ਸੁਣਿਆ ਬਹੁਤ ਪਹਿਲਿਆਂ ਦੇ ਵਿੱਚ ਬਾਦਲ ਕੇ ਵੀ ਉਹਨਾਂ ਨਾਲ ਸਾਂਝ ਬਣਾ ਕੇ ਰੱਖਦੇ ਸੀ। ਫਿਰ ਸਾਧੂ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਦੇ ਬਾਨੀ ਸੰਪਾਦਕ ਸੀਗੇ, ਉਹਨਾਂ ਨਾਲ ਵੀ ਬੜੀ ਸਾਂਝ ਸੀ। ਫਿਰ ਇਹ ਸਰਦਾਰ ਬਰਜਿੰਦਰ ਸਿੰਘ ਹਮਦਰਦ ਦੀ ਸਮੇਂ 'ਚ ਵੀ ਛਪਦੇ ਰਹੇ, ਫਿਰ ਉੱਥੋਂ ਛਪਣੋਂ ਹਟ ਗਏ, ਸ਼ਾਇਦ ਉਹ ਗੱਲ ਮੁੜ ਕੇ ਉਹੋ ਜਿਹੀ ਰਹੀ ਨਹੀਂ, ਰਿਸ਼ਤੇ ਨਹੀਂ ਰਹੇ। ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜੇ ਤੁਹਾਡੀ ਯਾਦ 'ਚ ਕੁਛ ਤੁਹਾਡੇ ਨਾਲ ਸਾਂਝੀਆਂ ਹੋਣ ਤੇ ਦੱਸੋ ਜ਼ਰਾ, ਮੈਂ ਦੱਸਾਂ ਤੇ ਉਹ ਤਾਂ ਸਾਰੀਆਂ ਗੱਲਾਂ ਜੀ, ਬਹੁਤ ਸਾਰੀਆਂ ਗੱਲਾਂ ਨੇ, ਆਪਣੇ ਕੋਲ ਇੰਨਾ ਟਾਈਮ ਨਹੀਂ। ਇੱਕ ਤੇ ਕਿਤਾਬ ਆ ਜਿਹੜੀ ਮੈਂ ਉਹਨਾਂ ਬਾਰੇ ਲਿਖੀ ਆ, ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ ਨੇ ਬਹੁਤ ਸਾਰੀਆਂ ਗੱਲਾਂ ਜਾਣਨੀਆਂ ਤਾਂ ਕਿਤਾਬ ਤੇ ਨਜ਼ਰ ਮਾਰ ਲੈਣਗੇ, ਪਰ ਮੈਂ ਮੋਟੀਆਂ ਮੋਟੀਆਂ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਪੰਜਾਬੀ ਸੂਬੇ ਦੀ ਜਦੋਂ ਐਜੂਕੇਸ਼ਨ ਚੱਲੀ, ਧਰਮ ਦੇ ਨਾਂ ਤੇ ਵੀ ਕਈ ਚਾਹੁੰਦੇ ਸੀਗੇ, ਕਈ ਬੋਲੀ ਦੇ ਨਾਂ ਤੇ ਚਾਹੁੰਦੇ ਸੀ, ਕਈ ਗਿਣਤੀ ਜਿਹੜੀ ਸੀਗੀ ਕਿ ਉਹਦੇ ਵਿੱਚ ਹਿੰਦੂ ਜ਼ਿਆਦਾ ਹੋਣਗੇ, ਸਿੱਖ ਜ਼ਿਆਦਾ ਹੋਣਗੇ, ਕਿਹਦਾ ਜ਼ਿਆਦਾ ਬੋਝ ਹੋਏਗਾ, ਵੋਟਾਂ ਕਿਹਦੀਆਂ ਹੋਣਗੀਆਂ। ਪਰ ਇਹਨਾਂ ਨੇ ਉਦੋਂ ਹੀਰਾ ਸਿੰਘ ਦਰਦ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਹੋਰ ਜਿਹੜੇ ਲੇਖਕ ਸੀਗੇ, ਪੱਤਰਕਾਰ ਸੀਗੇ, ਉਹਨਾਂ ਦੀ ਇੱਕ ਮੀਟਿੰਗ ਰੱਖੀ ਢੁੱਡੀ ਕੇ ਦੀ ਧਰਮਸ਼ਾਲਾ ਦੇ ਵਿੱਚ ਜੀ। ਉੱਥੇ ਬੋਲੀ ਦੇ ਆਧਾਰ ਤੇ, ਪੰਜਾਬੀ ਦੇ ਆਧਾਰ ਤੇ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ, ਔਰ ਉਸ ਮਤੇ ਦੇ ਆਧਾਰ ਦੇ ਉੱਤੇ ਹੀ ਇਹ ਫਿਰ ਉਸ ਤੋਂ ਬਾਅਦ ਪੰਜਾਬੀ ਸੂਬਾ ਜਿਹੜਾ ਮੰਨੇ ਸੀਗੇ ਕਿ ਉਹਦੇ ਵਿੱਚ ਧਰਮ ਦਾ ਕੋਈ ਰੋਲ ਨਹੀਂ, ਪੰਜਾਬੀ ਜ਼ੁਬਾਨ ਦੇ ਨਾਂ ਤੇ ਤੁਸੀਂ ਆਪ ਮਤਾ ਪਾਸ ਕੀਤਾ ਹੋਇਆ ਕਾਂਗਰਸ ਪਾਰਟੀ ਨੇ। ਫਿਰ ਜਿੱਥੋਂ ਤੱਕ ਉਹਨਾਂ ਦਾ ਐਜੀਟੇਸ਼ਨਾਂ ਦੇ ਵਿੱਚ ਜਾਣ ਦਾ, ਕੁਛ ਸੀਟੀ ਟੈਕਸ ਲੱਗਿਆ ਪ੍ਰਤਾਪ ਸਿੰਘ ਕੈਰੋਂ ਦੇ ਜੋ ਮੁੱਖ ਮੰਤਰੀ ਸਨ, ਤਾਂ ਕੁਛ ਸੀਟੀ ਟੈਕਸ ਦੇ ਵਿੱਚ ਉਹਨਾਂ ਨੇ ਜਾ ਕੇ ਜੇਲ੍ਹ ਕੱਟੀ ਫਿਰੋਜ਼ਪੁਰ ਦੇ ਵਿੱਚ, ਔਰ ਪੰਜਾਬੀ ਸਾਹਿਤ ਸਭਾ, ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਸਕੱਤਰ ਵੀ ਰਹੇ, ਪ੍ਰਧਾਨ ਵੀ ਰਹੇ, ਸਰਪ੍ਰਸਤ ਵੀ ਰਹੇ, ਔਰ ਜਿਹੜੀਆਂ ਪੰਜਾਬੀ ਕਨਵੈਨਸ਼ਨਾਂ ਹੋਈਆਂ ਉਹਨਾਂ ਦੇ ਵੀ ਉਹ ਮੋਹਰੀ ਰਹੇ, ਔਰ ਜਿਹੜੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਹੋਈਆਂ ਪਹਿਲੀ ਇੰਗਲੈਂਡ ਦੇ ਵਿੱਚ ਹੋਈ, ਉਹਦੇ ਵੀ ਮੋਹਰਲਿਆਂ ਦੇ ਵਿੱਚ ਉਹ ਸੀਗੇ। ਤੋ ਬੜਾ ਉਹਨਾਂ ਦਾ ਜਿਹੜਾ ਹੈਗਾ ਨਾ ਵਾਸਟ ਹੈਗਾ ਐਕਸਪੀਰੀਅੰਸ ਚਾਰਜ ਪੇਰੇ, ਨਾ ਸਿਰਫ ਇਕੱਲਾ ਲੇਖਕ ਦੇ ਤੌਰ ਤੇ, ਨਾ ਸਿਰਫ ਸਰਪੰਚ ਦੇ ਤੌਰ ਤੇ, ਬਲਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਕੋਲੇ ਹਰ ਪਾਰਟੀ ਦੇ ਲੀਡਰ, ਉਹਨਾਂ ਕੋਲੇ ਅਕਾਲੀ ਪਾਰਟੀ ਦੇ ਲੀਡਰ ਵੀ ਆਉਂਦੇ ਰਹੇ ਨੇ, ਉਸ ਤੋਂ ਬਾਅਦ ਜਿਵੇਂ ਮਨਪ੍ਰੀਤ ਉਹਨਾਂ ਨਵੀਂ ਪਾਰਟੀ ਬਣਾਈ ਉਹ ਵੀ ਆਉਂਦੇ ਰਹੇ, ਔਰ ਖਾੜਕੂ ਵੀ ਆਉਂਦੇ ਰਹੇ, ਬਹੁਤ ਸਾਰੇ ਸੰਤ ਵੀ ਆਉਂਦੇ ਰਹੇ, ਬਹੁਤ ਸਾਰੇ ਸਿਆਸਤਦਾਨ ਵੀ ਆਉਂਦੇ ਰਹੇ, ਹਰਕ੍ਰਿਸ਼ਨ ਸਿੰਘ ਸੁਰਜੀਤ ਵਰਗੇ ਵੀ ਆਉਂਦੇ ਰਹੇ, ਜਗਜੀਤ ਸਿੰਘ ਆਨੰਦ ਵਰਗੇ ਵੀ ਆਉਂਦੇ ਰਹੇ, ਨੈਕਸ ਲਾਈਟ ਵੀ ਆਉਂਦੇ ਰਹੇ, ਖਾੜਕੂ ਲੀਡਰ ਵੀ ਆਉਂਦੇ ਰਹੇ ਜੀ, ਇੱਥੋਂ ਤੱਕ ਕਿ ਬਾਅਦ ਦੇ ਵਿੱਚ ਆਪ ਵਾਲੇ ਵੀ ਆਉਂਦੇ ਰਹੇ ਜੀ, ਤੇ ਨਾ ਸਿਰਫ ਜਸਵੰਤ ਸਿੰਘ ਕੰਵਲ ਹੋਰਾਂ ਕੋਲੇ ਆਉਂਦੇ ਰਹੇ, ਬਲਕਿ ਬਹੁਤ ਸਾਰੇ ਡਾਕਟਰ ਸਰਦਾਰਾ ਸਿੰਘ ਜੌਹਰ ਹੋਰਾਂ ਕੋਲ ਵੀ ਆਉਂਦੇ ਰਹੇ, ਜਦਕਿ ਦੋਨੇ ਹੀ ਇਹ ਮੇਰਾ ਦੋਨਾਂ ਦੇ ਨਾਲ ਹੀ ਬਹੁਤ ਨੇੜ ਰਿਹਾ। ਜਸਵੰਤ ਸਿੰਘ ਕਿਸੇ ਵੀ ਪਾਰਟੀ ਸਿਆਸੀ ਪਾਰਟੀ ਦੇ ਕਾਰਕੁਨ ਨਹੀਂ ਰਹੇ, ਉਹ ਹਮਦਰਦ ਰਹੇ ਨੇ, ਉਹਨਾਂ ਦੇ ਵਿਚਾਰ ਜ਼ਰੂਰ ਸਮੇਂ ਦੇ ਮੁਤਾਬਕ ਉਹ ਦੇਖਦੇ ਸੀਗੇ। ਜਿਵੇਂ ਮੋਹਨ ਸਿੰਘ ਬਾਰੇ ਕਿਹਾ ਜਾਂਦਾ ਨਾ ਕਿ ਮੈਂ ਸ਼ਾਇਰ ਰੰਗ ਰੰਗੀਲਾ, ਮੈਂ ਪਲ ਪਲ ਰੰਗ ਵਟਾਵਾਂ, ਜੇ ਵਟਦਾ ਰਹਾਂ ਤਾਂ ਜੀਵਾਂ, ਜੇ ਖੜਾਂ ਤਾਂ ਰੁਕਾਂ ਤਾਂ ਮਰ ਜਾਵਾਂ।
ਕਿ ਅਸੀਂ ਇਸ ਗੱਲ ਨੂੰ ਵਡਿਆਉਂਦੇ ਹਾਂ ਕਿ ਮੋਹਨ ਸਿੰਘ ਜਿਹੜੀ ਗੱਲ ਕਰਦੇ ਆ ਬਈ ਪਹਿਲਾਂ ਉਹ ਰੋਮਾਂਟਿਕ ਗੱਲਾਂ ਕਰਦੇ ਸੀ, ਬਾਅਦ ਚ ਕਹਿੰਦੇ ਸੀ ਕਿ ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ, ਇੱਕ ਮਹਿਲਾ ਦਾ, ਇੱਕ ਟੋਕਾਂ ਦਾ। ਤੇ ਜੇ ਭਾਈ ਆਪਾਂ ਉਹਨਾਂ ਨੂੰ ਸਲਾਉਂਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਨੂੰ ਇਸ ਗੱਲ ਲਈ ਕਿ ਉਹ ਪਲ ਪਲ ਰੰਗ ਵਟਾਉਂਦੇ ਰਹੇ ਨੇ, ਬਦਲਦੇ ਰਹੇ ਨੇ, ਤਾਂ ਫਿਰ ਜਸਵੰਤ ਸਿੰਘ ਕੰਵਲ ਦੇ ਕਦੇ ਕਾਮਰੇਡ ਬਣਨ ਦੇ, ਕਦੇ ਉਸ ਤੋਂ ਬਾਅਦ ਨੈਕਸਟ ਲਾਈਟਾਂ ਦੇ ਹਮਦਰਦ ਬਣਨ ਦੇ, ਉਸ ਤੋਂ ਬਾਅਦ ਸਿੱਖ ਹੋਮਲੈਂਡ ਦੇ ਹਮਦਰਦ ਬਣਨ ਦੇ, ਤੇ ਉਸ ਤੋਂ ਬਾਅਦ ਪੰਥ ਪੰਥ ਜਾਂ ਪੰਜਾਬ ਪੰਜਾਬ ਟੁੱਕਣ ਦੇ ਜਾਂ ਕਿਸਾਨੀ ਦੇ ਹਮਦਰਦ ਬਣਨ ਦੇ, ਜੋ ਉਹ ਬਦਲਦੇ ਰਹੇ ਨੇ ਪਿੰਡ ਦੇ, ਤਾਂ ਉਹ ਇਸ ਗੱਲ ਤੇ ਉਹਨਾਂ ਦੇ ਵਿੱਚ ਕੀ ਕਮੀ ਹੈ ਕਿ ਸਮੇਂ ਦੇ ਨਾਲ ਹਰ ਲੇਖਕ ਜਿਹੜਾ ਹੈਗਾ ਉਹ ਦੇਖਦਾ ਹੈਗਾ ਕਿ ਹੁਣ ਵਿਚਾਰਧਾਰਾ ਕਿਹੜੇ ਪਾਸੇ ਚੱਲ ਰਹੀ ਹੈ, ਕਿਹੜੀ ਵਿਚਾਰਧਾਰਾ ਠੀਕ ਆ, ਉਹਦੇ ਮੁਤਾਬਕ ਉਹ ਚੱਲੇ ਨੇ। ਮੈਨੂੰ ਅਕਸਰ ਕਹਿੰਦੇ ਹੁੰਦੇ ਸੀ ਤੂੰ ਸਵਾਲ ਬੜੇ ਕਰਦਾ, ਮੈਂ ਹੁਣ ਇਸ਼ਾਮ ਦੀਆਂ ਗੱਲਾਂ ਕਰਨੀਆਂ ਬਣਦੀਆਂ ਨੀ ਬਹੁਤੀਆਂ, ਲੇਕਿਨ ਮੈਨੂੰ ਕਹਿੰਦੇ ਤੂੰ ਸਵਾਲ ਕਰਦਾ। ਮੈਂ ਉਹਨਾਂ ਨੂੰ ਬੜੀ ਵਾਰੀ ਪੁੱਛਿਆ, ਮੇਰੇ ਖਿਆਲ 3 ਤੋਂ 4 ਵਾਰੀ ਸ਼ਾਇਦ ਇਹ ਸਵਾਲ ਮੈਂ ਕੀਤਾ ਕਿ ਕੰਵਲ ਸਾਹਿਬ ਇੰਨੀ ਲੰਬੀ ਜ਼ਿੰਦਗੀ, ਇੰਨੀਆਂ ਰੌਚਕ ਚੀਜ਼ਾਂ, ਇੰਨੀਆਂ ਘਟਨਾਵਾਂ, ਪੂਰਾ ਸੰਗ੍ਰਹਿ ਵਾ ਤੁਹਾਡੇ ਕੋਲ ਈਵੈਂਟਸ ਦਾ, ਤੇ ਜੀਵਨ ਦੇ ਅਰਥ ਸਮਝਾਓ। ਮਤਲਬ ਮੈਂ ਜੋ ਇੰਨੇ ਸਾਲਾਂ ਬਾਅਦ ਜਾ ਕੇ ਸੋਚਣਾ ਯਾਰ, ਤੇ ਮੈਨੂੰ ਤੁਸੀਂ ਦੱਸੋ ਕਿ ਜੀਵਨ ਹੈ ਕੀ। ਉਹ ਫਿਰ ਮੈਨੂੰ ਕਹਿੰਦੇ ਹੁੰਦੇ ਯਾਰ ਇਹ ਨਾ ਪੁੱਛ, ਇਹ ਜੀਵਨ ਮੈਂ ਤਾਂ ਬੜਾ ਮਾਣਿਆ, ਅਕਸਰ ਸ਼ਬਦ ਹੁੰਦੇ ਸੀ ਉਹਨਾਂ ਦੇ ਕਿ ਮੈਂ ਤੇ ਰੱਜ ਕੇ ਜੀਆ, ਮੈਂ ਬਹੁਤ ਮਾਣਿਆ ਜੀਵਨ ਨੂੰ ਤੇ ਮੰਨਣਾ ਚਾਹੀਦਾ। ਸੋ ਤੁਸੀਂ ਉਹਨਾਂ ਦੇ ਜੀਵਨ ਨੂੰ ਨੇੜੇ ਰਹਿੰਦਿਆਂ ਕਿਸ ਰੂਪ ਚ ਪ੍ਰਭਾਸ਼ਿਤ ਕਰੋਗੇ, ਜੇ ਥੋੜੇ ਜਿਹੇ ਸ਼ਬਦਾਂ ਚ, ਕਿ ਤਸੱਲੀ ਪੱਖੋਂ, ਰੌਣਕ ਪੱਖੋਂ, ਆਰਥਿਕ ਪੱਖੋਂ, ਔਰ ਉਹ ਕਿੰਨੇ ਕੁ ਕਾਮਯਾਬ ਮਹਿਸੂਸ ਕਰਦੇ ਹੋ ਜਸਵੰਤ ਸਿੰਘ ਕੰਵਲ ਨੂੰ ਬਤੌਰ ਇਨਸਾਨ ਸਾਰੇ ਪੱਖਾਂ ਤੋਂ? ਬਤੌਰ ਲੇਖਕ ਆਪੇ ਕਾਫੀ ਕਾਫੀ ਗੱਲਾਂ ਕਰ ਲਈਆਂ ਨੇ, ਬਤੌਰ ਸਿਆਸਤਦਾਨ ਵੀ ਜਿਵੇਂ ਤੁਸੀਂ ਪੁੱਛ ਲਓ ਵੀ ਹੋ ਗਈਆਂ ਨੇ, ਬਤੌਰ ਇਨਸਾਨ, ਬਤੌਰ ਮਨੁੱਖ, ਬਹੁਤ ਪਿਆਰਾ ਮਨੁੱਖ ਔਰ ਬਹੁਤ ਹੀ ਸਜਦਾ ਮਨੁੱਖ, 6 ਫੁੱਟ ਤੋਂ ਰਤਾ ਉੱਚਾ ਕੱਦ, ਛਾਂਟਵਾਂ ਜੁੱਸਾ, ਬੜੀ ਉਹਨਾਂ ਦੀ ਥੋੜੀ ਖੁਰਾਕ ਸੀਗੀ ਔਰ ਬੜੇ ਹਿਸਾਬ ਕਿਤਾਬ ਦੇ ਨਾਲ ਖਾਂਦੇ ਪੀਂਦੇ ਸੀਗੇ ਔਰ ਉਹਨਾਂ ਦਾ ਕੁਛ ਵੀ ਲੁਕੋਇਆ ਹੋਇਆ ਨਹੀਂ। ਇਹ ਠੀਕ ਹੈ ਕਿ ਕੁਛ ਦੇਰ ਤੱਕ ਉਹਨਾਂ ਨੇ ਕੁਝ ਭੇਦ ਬਣਾਈ ਰੱਖੇ ਸੀਗੇ ਪਰ ਬਹੁਤੀ ਦੇਰ ਨਹੀਂ, ਉਹ ਖੁੱਲ ਕੇ ਗੱਲ ਕਰਦੇ ਸੀ ਔਰ ਤੀਆਂ ਵਾਂਗ ਉਹਨਾਂ ਨੇ ਜ਼ਿੰਦਗੀ ਜੀਵੀ ਹੈ। ਪਿੰਡ ਚ ਰਹੇ ਨੇ, ਮੌਕੇ ਮਿਲੇ, ਡਾਕਟਰ ਮਹਿੰਦਰ ਸਿੰਘ ਦਾ ਨੇ ਕਿਹਾ ਕੌਣ ਸਾਹਿਬ ਆ ਜਾਓ ਤੁਹਾਨੂੰ ਮੈਂ ਪਲਾਟ ਦਿੰਦਾ ਚੰਡੀਗੜ੍ਹ, ਨਹੀਂ ਗਏ, ਉਹ ਕਹਿੰਦੇ ਨਹੀਂ ਪਲਾਟ ਦੀ ਲੋੜ ਨੀ, ਮੈਂ ਤਾਂ ਪਿੰਡ ਹੀ ਰਹਿਣਾ, ਪਿੰਡਾਂ ਦੇ ਮੇਰੇ ਪੱਤਰ ਨੇ, ਪਿੰਡਾਂ ਦੀ ਮੇਰੀ ਬੋਲੀ ਆ, ਪਿੰਡਾਂ ਦੀਆਂ ਮੇਰੀਆਂ ਸਮੱਸਿਆਵਾਂ, ਉਹਨਾਂ ਬਾਰੇ ਮੈਂ ਲਿਖਣਾ। ਉਹ ਪਿੰਡ ਹੀ ਰਹੇ ਨੇ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਗੱਲ ਹੈ ਕਿ ਅੱਜ ਕੱਲ੍ਹ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਕਿਸੇ ਨੂੰ ਕਿਸੇ ਪਾਸੋਂ ਪੈਸਾ ਮਿਲਦਾ ਹੋਵੇ ਤੇ ਅਗਲਾ ਕਹਿੰਦਾ ਫੜੋ ਯਾਰ ਰੱਖ ਲਓ, ਕੀ ਆ ਪੈਸਾ ਮਾੜਾ। ਉਹਨਾਂ ਨੂੰ ਜਦੋਂ ਪਹਿਲਾ ਅਵਾਰਡ ਦਿੱਤਾ ਲਹੂ ਦੀ ਲੋਹ ਦੇ ਉੱਤੇ, ਉਹਨਾਂ ਦਿਨਾਂ ਦੇ ਵਿੱਚ 3500 ਰੁਪਏ ਦਾ ਅਵਾਰਡ ਸੀਗਾ ਭਾਸ਼ਾ ਵਿਭਾਗ ਦਾ, ਉਹਨਾਂ ਨੇ ਐਕਸੈਪਟ ਨਹੀਂ ਕੀਤਾ। ਨਹੀਂ ਤਾਂ ਉਹਨਾਂ ਦਿਨਾਂ ਦੇ ਵਿੱਚ ਤਾਂ ਵੀ ਲੋਕੀ ਤਾਂ ਸਿਫਾਰਸ਼ਾਂ ਪਾਉਂਦੇ ਵੀ ਸਾਨੂੰ ਸਾਡੀ ਕਿਤਾਬ ਨੂੰ ਇਨਾਮ ਮਿਲੇ। ਬਾਅਦ ਦੇ ਵਿੱਚ ਵੀ ਇਹੋ ਜਿਹੇ ਬਹੁਤ ਸਾਰੇ ਮੌਕੇ ਆਏ। ਇੱਕ ਵਾਰੀ ਤਾਂ ਮੈਨੂੰ ਯਾਦ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਇੱਕ ਅਵਾਰਡ ਦੇਣਾ ਸੀਗਾ ਇੱਥੇ ਪੰਜਾਬੀ ਸਾਹਿਤ ਅਕਾਦਮੀ ਵੱਲੋਂ, ਉਹ ਇੱਕ ਅਵਾਰਡ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੇ ਨਾਂ ਤੇ ਅਵਾਰਡ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਗਾਹਾਂ ਬੱਚੇ, ਤੇ ਉਹ ਆ ਕੇ ਪਰਮਿੰਦਰ ਸਿੰਘ ਤੇ ਗੁਰੂ ਭਜਨ ਗਿੱਲ, ਪਹਿਲਾਂ ਉਹਨਾਂ ਨੇ ਮੈਨੂੰ ਨਾਲ ਲਿਆ ਵੀ ਸਾਨੂੰ ਪਤਾ ਨਹੀਂ ਵੀ ਉਹਨਾਂ ਕਦੇ ਇਨਕਾਰ ਹੀ ਨਾ ਕਰ ਦੇਣ। ਮੈਂ ਗਿਆ ਨਾਲ, ਮੈਂ ਕਿਹਾ ਮਨਾ ਲਵਾਂਗੇ, ਇਹ ਅਵਾਰਡ ਹੋਰ ਤਰ੍ਹਾਂ ਦਾ। ਤੋ ਦੇਖੋ ਇਸ ਤਰ੍ਹਾਂ ਮਸੀਂ ਕਿਤੇ ਮਿੰਤਾਂ ਕਰਕੇ ਉਹਨਾਂ ਨੂੰ ਲੈ ਕੇ ਗਏ ਆ ਅਵਾਰਡ ਲੈਣ ਵਾਸਤੇ, ਤੇ ਨਾ ਤਾਂ ਉਹ ਅਵਾਰਡਾਂ ਦੇ ਭੁੱਖੇ ਸੀ, ਨਾ ਉਹ ਪੈਸਿਆਂ ਦੇ ਭੁੱਖੇ। ਉਹਨਾਂ ਨੇ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਗੱਲ ਕੀਤੀ, ਇਨਸਾਨੀ ਤੌਰ ਤੇ ਉਹਨਾਂ ਦਾ ਜੀਵਨ ਬਹੁਤ ਵਧੀਆ। ਆਖਰੀ ਗੱਲ ਮੈਂ ਕਰਨੀ ਚਾਹੁੰਦਾ ਜਿਹਦੇ ਨਾਲ ਆਪਾਂ ਗੱਲ ਸਮੇਟ ਸਕਦੇ ਹਾਂ ਕਿ ਐਤਕੀ ਨਹੀਂ ਬਲਕਿ ਮੈਂ ਹਰ ਸਾਲ ਹੀ 28 ਜਨਵਰੀ ਨੂੰ ਮੇਲਾ ਹੁੰਦਾ ਢੁੱਡੀਗੇ ਦਾ, ਲਾਲਾ ਲਾਜਪਤ ਰਾਏ ਦਾ ਆਖਰੀ ਦਿਨ 26, 27, 28, ਤੇ ਜਦੋਂ ਵੀ ਮੈਂ ਕੈਨੇਡਾ ਤੋਂ ਆਉਣਾ ਸਿਆਲਾਂ ਦੇ ਵਿੱਚ ਤਾਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਮੇਲਾ ਵੇਖਣ ਜਾਂਦੇ। ਜਦੋਂ ਇਹ 90 ਸਾਲਾਂ ਦੇ ਹੋਏ ਤਾਂ ਮੈਂ ਜਾ ਕੇ ਅਨਾਊਂਸ ਕੀਤਾ ਕਿ ਵੀ ਕੰਵਲ ਸਾਹਿਬ 90 ਸਾਲਾਂ ਦੇ ਹੋ ਗਏ ਆ ਤੇ ਆਪਾਂ ਉਹ ਸਾਰਾ ਮੇਲਾ ਦੁਆ ਕਰੀਏ ਕਿ ਇਹ ਸੈਂਚਰੀ ਮਾਰਨ ਤੇ ਇਹਨਾਂ ਦਾ
ਜਨਮਦਿਨ ਨੂੰ ਆਪਾਂ ਸਾਰੇ ਪਿੰਡ ਵਾਲਿਆਂ ਨੇ ਨਗਰ ਵੱਲੋਂ ਮਨਾਇਆ ਜਾ ਕਰਨਾ ਆਪਣਾ ਤੇ ਸਾਰਿਆਂ ਨੇ ਜਕਾਰਾ ਲਾਇਆ ਵੀ ਬਿਲਕੁਲ ਠੀਕ ਆ। 90 ਸਾਲ ਤੋਂ ਬਾਅਦ ਉਹਨਾਂ ਦਾ ਹਰ ਜਨਮ ਦਿਨ ਪਿੰਡ ਵੱਲੋਂ ਮਨਾਇਆ ਜਾਂਦਾ ਰਿਹਾ। ਤੇ ਜਿਹੜਾ 2018 ਦੇ ਵਿੱਚ ਮੈਂ ਗਿਆ ਉਦੋਂ ਵੀ ਅਸੀਂ ਜਾ ਕੇ ਉੱਥੇ ਉਹਨਾਂ ਨੂੰ ਸਾਰਾ ਗੇੜਾ ਕਢਾਇਆ, ਬੜਾ ਖੁਸ਼ ਕਹਿੰਦੇ ਬਈ ਇਹ ਮੇਲਾ ਵੇਖ ਕੇ ਤਾਂ ਐਂ ਲੱਗਦਾ ਬਈ ਹੁਣ ਮੈਂ 2 ਸਾਲ ਨੀ ਡੋਲਦਾ। ਮੈਂ ਕਿਹਾ ਵੀ ਫਿਰ ਸੈਂਚਰੀ ਵੱਧ ਜਾਊਗੀ ਜੇ 2 ਸਾਲ ਨੀ ਡੋਲਦੇ। ਤੇ 19 ਦੇ ਵਿੱਚ ਜਦੋਂ ਉਹ 99 ਸਾਲਾਂ ਦੇ ਸੀ ਫਿਰ ਮੈਂ ਲੈ ਕੇ ਗਿਆ। ਮੈਂ ਨਾਲੇ ਪਹਿਲਾਂ ਕਿਹਾ ਸੀ ਕਮਲ ਸਾਹਿਬ ਤਿਆਰ ਰਹਿਣਾ ਤੁਹਾਨੂੰ ਐਤੀ ਝੰਡੀ ਕਰਵਾਉਣੀ, ਤੁਹਾਨੂੰ ਫੋਟੋ ਵੀ ਭੇਜੂਗਾ ਉਹਨਾਂ ਦੀ ਬਾਅਦ ਦੇ ਵਿੱਚ। ਇਹ ਮੇਲੇ ਦੇ ਵਿੱਚ ਗਏ ਔਰ ਕਬੱਡੀ ਦਾ ਦਾਇਰਾ ਸੀ, ਆਸੇ ਪਾਸੇ ਟਰੈਕਟਰ ਟਰਾਲੀਆਂ ਕੱਟ ਸੀਗਾ ਵਿਚਾਲੇ ਚਲੇ ਗਏ। ਉੱਥੇ ਜਾ ਕੇ ਫਿਰ ਉਹਨੇ ਬਾਂਹ ਉੱਚੀ ਕਰਕੇ ਝੰਡੀ ਕੀਤੀ, ਉਹਦੀ ਫੋਟੋ ਵੀ ਲਾਈ ਹੋਈ ਆ, ਬਹੁਤ ਥਾਂ ਛੱਪੀ ਵੀ ਆ। ਤੇ ਮੈਂ ਮਾਈਕ ਤੋਂ ਕਿਉਂਕਿ ਕਮੈਂਟੇਟਰ ਹਾਂ ਤੇ ਮੈਂ ਕਿਹਾ ਵੀ ਇਹਨਾਂ ਦਾ ਕੋਈ ਹਾਣੀ ਨਿਤਰੇ ਆਏ ਮੈਦਾਨ ਦੇ ਵਿੱਚ, ਬੜਾਏ ਹੱਥ ਦੇਖੇ ਬੁੜੇ ਦੇ ਹੱਥ, ਪਰ ਇਹਨਾਂ ਦੀ ਉਮਰ ਦਾ ਤਾਂ ਬੰਦਾ ਹੀ ਨਹੀਂ ਸੀਗਾ। ਤੇ ਐਤਕੀ ਫੇਰ ਜਦੋਂ ਉਹ 100 ਸਾਲ ਪੂਰੇ ਕਰਨ ਤੋਂ ਬਾਅਦ 2020 ਦੇ ਵਿੱਚ ਉਹਨਾਂ ਨੇ 31 ਮਾਰਨੀ ਸੀ ਜੀ। ਮੈਂ ਗਿਆ ਮੇਲੇ ਵਾਲੇ ਦਿਨ, ਮੈਂ ਜਾ ਕੇ ਪੁੱਛਿਆ ਕਮਲ ਸਾਹਿਬ ਅਰਧ ਬੇਹੋਸ਼ ਜੀ ਸੀ, ਅੱਖਾਂ ਤਾਂ ਚਮਕਦੇ ਸੀਗੇ, ਆਵਾਜ਼ ਸੁਣਦੇ ਸੀ, ਹੁੰਗਾਰਾ ਮਾੜਾ ਜਿਹਾ ਭਰਦੇ, ਸਿਰ ਹਿਲਾ ਕੇ ਬੁੱਲ ਹਿਲਾ ਕੇ। ਮੈਂ ਕਿਹਾ ਕਮਲ ਸਾਹਿਬ ਸੈਂਚਰੀ ਤਾਂ ਵੱਜ ਗਈ, ਵਰਲਡ ਰਿਕਾਰਡ ਤਾਂ ਰੱਖਿਆ ਗਿਆ, ਇਹ ਦੱਸੋ ਵੀ 31 ਮਾਰ ਲਓਗੇ? ਤੇ ਉਹਨਾਂ ਨੇ ਬੁੱਲ ਹਿਲਾ ਕੇ ਆਵਾਜ਼ ਪੂਰੀ ਤਾਂ ਨਹੀਂ ਸੁਣਾਈ ਦਿੱਤੀ ਪਰ ਸਿਰ ਹਿਲਾਇਆ, ਤੇ ਨਾਲ ਹੀ ਫਿਰ ਅਸੀਂ ਤਾੜੀਆਂ ਵਜਾਈਆਂ। ਉਹਨਾਂ ਦਾ ਲੜਕਾ, ਉਹਨਾਂ ਦੀ ਨੂੰਹ, ਮੇਰੇ ਨਾਲ ਦੇ ਸਾਥੀ ਕਿ ਲਓ ਜੀ ਹੁਣ ਇਹ 31 ਵੀ ਮਾਰ ਲੈਣਗੇ। ਪਰ ਤੁਸੀਂ ਸਰਬਜੀਤ ਦਾ ਜ਼ਿਕਰ ਕਰਦੇ ਹੋ, ਚੌਥੇ ਦਿਨ ਚਲਾਣਾ ਕਰ ਗਏ। ਤੇ ਮੇਰੇ ਮਨ ਦੇ ਵਿੱਚ ਇਹ ਗੱਲ ਹੋਈ ਕਿ ਮੈਂ ਉਹ ਦਿਨ ਕਿਹਾ ਸੀ ਨਾ, ਮੈਂ ਕਿਹਾ ਕਮਲ ਸਾਹਿਬ ਉੜਕ ਨੂੰ ਮਰ ਜਾਣਾ, ਚੱਲ ਮੇਲੇ ਚੱਲੀਏ। ਅੱਛਾ, ਪਰ ਉਸ ਦਿਨ ਕਮਲ ਸਾਹਿਬ ਮੇਲੇ ਜਾਣ ਜੋਗੇ ਨਹੀਂ ਸੀਗੇ ਤੇ ਆਖਰੀ ਮੇਲਾ ਜਿਹੜਾ ਸੀਗਾ ਉਹ ਵੇਖਣ ਦੀ ਜਿਹੜੀ ਸਾਡੀ ਤਮੰਨਾ ਸੀ ਉਹ ਸਾਡੀ ਦਿਲ ਦੇ ਦਿਲ ਵਿੱਚ ਹੀ ਰਹਿ ਗਈ। ਪਰ ਫਿਰ ਵੀ ਬੜੇ ਮੇਲੇ ਦੇਖੇ ਉਹਨਾਂ ਦੇ ਨਾਲ, ਬੜੀਆਂ ਗੱਲਾਂ ਸੁਣੀਆਂ ਉਹਨਾਂ ਦੀਆਂ, ਬੜੀਆਂ ਕਿਤਾਬਾਂ ਪੜ੍ਹੀਆਂ ਉਹਨਾਂ ਦੀਆਂ, ਬੜੇ ਲੋਕਾਂ ਤੱਕ ਉਹਨਾਂ ਦੀ ਪਹੁੰਚ ਗਈ। ਤੋ ਅੱਜ 101ਵੇਂ ਜਨਮ ਦਿਨ ਦੇ ਉੱਤੇ ਕਮਲ ਸਾਹਿਬ ਨੂੰ ਯਾਦ ਕਰਦਿਆਂ ਇੱਕ ਖਾਸ ਤਰ੍ਹਾਂ ਦੀ ਖੁਮਾਰੀ ਹੈ, ਖਾਸ ਤਰ੍ਹਾਂ ਦਾ ਆਨੰਦ ਹੈ। ਠੀਕ ਹੈ, ਉਸ ਦਿਨ ਤਾਂ ਅਸੀਂ ਇਹੀ ਨਾਅਰੇ ਲਾਏ ਸੀਗੇ, ਜਸਵੰਤ ਸਿੰਘ ਕਮਲ ਅਮਰ ਰਹੇ, ਜਸਵੰਤ ਸਿੰਘ ਕਮਲ ਜਿੰਦਾਬਾਦ। ਅੱਜ ਅਸੀਂ ਇਹ ਗੱਲ ਕਹਿੰਦੇ ਹਾਂ ਸੁਰਗਾਂ 'ਚ ਵਾਸਾ ਹੋਵੇ ਪੰਜਾਬੀਆਂ ਦੇ ਬਾਈ ਜਸਵੰਤ ਸਿੰਘ ਕਮਲ ਦਾ, ਪੰਜਾਬੀਆਂ ਦਾ ਬਾਈ ਜਿੰਦਾਬਾਦ। ਸਰਦਾਰ ਸਾਹਿਬ ਬਹੁਤ ਮਿਹਰਬਾਨੀ, ਮੈਂ ਇੱਕ ਜ਼ਿਕਰ ਕਰਦਾ ਜਾਵਾਂ ਕਿ ਸਰਦਾਰ ਜਸਵੰਤ ਸਿੰਘ ਕਵਲ ਅੱਜ 27 ਜੂਨ ਵਾਲੇ ਦਿਨ 101 ਵਰੇ ਤੱਕ ਦਾ ਉਹਨਾਂ ਦਾ ਸਫ਼ਰ ਹੋ ਗਿਆ, ਹੁਣ ਯਾਦਾਂ 'ਚ ਨੇ। ਲੇਕਿਨ ਜਿਵੇਂ ਮਿਲਖਾ ਸਿੰਘ ਦਾ ਜ਼ਿਕਰ ਆਉਂਦਾ, ਸਰਦਾਰ ਮਿਲਖਾ ਸਿੰਘ ਦਾ, ਕਿ ਉਹਨਾਂ ਦਾ ਰਿਕਾਰਡ ਤੋੜਨ ਵਾਲੇ ਪੈਦਾ ਨਹੀਂ ਹੋਏ, ਇਸੇ ਤਰੀਕੇ ਨਾਲ ਜਸਵੰਤ ਸਿੰਘ ਕਵਲ ਦਾ ਰਿਕਾਰਡ ਕੋਈ ਤੋੜੇ, ਉਸ ਪੱਧਰ ਦਾ ਲੇਖਕ ਪੰਜਾਬ ਪੈਦਾ ਕਰੇ, ਸਾਡੇ ਬੱਚਿਆਂ ਨੂੰ ਇਹ ਚੈਲੰਜ ਆ, ਚੁਣੌਤੀ ਆ, ਜਿਹੜੀ ਅਗਲੀ ਪੀੜ੍ਹੀ ਆ ਰਹੀ ਆ, ਸਾਡੇ ਵਾਲੀ ਪੀੜ੍ਹੀ ਵੀ ਅਜੇ ਕਾਇਮ ਦਾਇਮ ਆ, ਇਹਨਾਂ ਨੂੰ ਵੀ ਚਾਹੀਦਾ। ਲੇਕਿਨ ਮੈਂ ਸਰਦਾਰ ਸਾਹਿਬ ਤੁਹਾਡੇ ਤੋਂ ਇੱਕ ਪ੍ਰੋਮਿਸ ਲੈਣਾ, ਮਿਲਖਾ ਸਿੰਘ ਦੇ ਮਗਰ ਜਿਹੜਾ ਦੂਜਾ ਮਿਲਖਾ ਸਿੰਘ ਸਰਦਾਰ ਗੁਰਬਚਨ ਸਿੰਘ ਰੰਧਾਵਾ, ਮੇਰਾ ਉਹਨਾਂ ਨਾਲ ਸੰਪਰਕ ਹੈ ਔਰ ਸੁਣਿਆ ਸਰਦਾਰ ਮਿਲਖਾ ਸਿੰਘ ਤੋਂ ਕਿਵੇਂ ਵੀ ਘੱਟ ਨਹੀਂ ਸੀ। ਵੱਖਰੀ ਗੱਲ ਆ ਕਿ ਗਲੈਮਰਾਈਜ਼ ਨਹੀਂ ਹੋ ਸਕੀ ਉਹਨਾਂ ਦੀ ਗੇਮ ਇੰਨੀ, ਉਹ ਵੀ ਇੱਕ ਗੱਲ ਅਸੀਂ ਤੁਹਾਡੇ ਨਾਲ ਅਗਲੇ ਮਰਹਲੇ 'ਚ ਕਰਨੀ ਹੈ। ਲੇਕਿਨ ਮੈਂ ਚਾਹੂੰਗਾ ਕਿ ਜਸਵੰਤ ਸਿੰਘ ਕਵਲ ਦੂਜਾ ਕੋਈ ਪੈਦਾ ਹੋਵੇ ਪੰਜਾਬੀ ਮਾਂ ਦੀ ਇਸ ਗੋਦ ਦੇ ਵਿੱਚੋਂ, ਬੋਲੀ ਦੀ ਗੋਦ ਦੇ ਵਿੱਚੋਂ ਸਾਡੇ ਹੋਰ ਸ਼ਾਹਕਾਰ ਨਿਕਲਣ ਤੇ ਸ਼ਾਹਕਾਰ ਲਿਖਤਾਂ ਮਿਲਣ ਜਿਹੜੀਆਂ ਅਨੁਵਾਦਿਤ ਹੋ ਕੇ ਦੂਜੀਆਂ ਭਾਸ਼ਾਵਾਂ 'ਚ ਸਾਡੀ ਪਛਾਣ ਬਣਨ। ਸਰਦਾਰ ਸਾਹਿਬ ਪ੍ਰਿੰਸੀਪਲ ਸਰਵਣ ਸਿੰਘ ਸੰਧੂ ਜੀ, ਆਪ ਜੀ ਦਾ ਧੰਨਵਾਦ। ਧੰਨਵਾਦ ਜੀ।